ਮਿੱਤਰ ਪਿਆਰਿਓ, ਪ੍ਰੋਗਰਾਮ ਦਿਲਜੀਤ ਬਰਾੜ ਸ਼ੋਅ ਵਿੱਚ ਤੁਹਾਡਾ ਸਵਾਗਤ। ਤੁਸੀਂ ਦੇਖ ਰਹੇ ਹੋ ਵਿਨੀਪੈਗ ਹਲਚਲ ਟੀਵੀ ਚੈਨਲ। ਪੰਜਾਬ ਦੀ ਧਰਤੀ ਜਿੱਥੇ ਅਸੀਂ ਜੰਮੇ ਪਲੇ ਹਾਂ, ਉਹਦੇ ਨਾਲ ਸਾਡਾ ਇੰਨਾ ਮੋਹ ਹੈ ਕਿ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਸਾਨੂੰ ਹਮੇਸ਼ਾ ਖਿੱਚ ਰਹਿੰਦੀ ਹੈ ਕਿ ਸਾਡੇ ਪਿੰਡ ਕੀ ਹੋ ਰਿਹਾ, ਸਾਡੇ ਸ਼ਹਿਰ ਕੀ ਹੋ ਰਿਹਾ, ਸਾਡੇ ਜ਼ਿਲ੍ਹੇ 'ਚ ਕੀ ਹੋ ਰਿਹਾ ਅਤੇ ਸਾਡੇ ਸੂਬੇ ਪੰਜਾਬ ਦੇ ਵਿੱਚ ਕੀ ਹੋ ਰਿਹਾ। ਭਾਵੇਂ ਕਿ ਅੱਜ ਕੱਲ੍ਹ ਸਾਡੇ ਕੋਲ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਹਰ ਇਨਫੋਰਮੇਸ਼ਨ, ਹਰ ਜਾਣਕਾਰੀ ਪੈਰ ਪੈਰ 'ਤੇ, ਮਿੰਟ ਮਿੰਟ 'ਤੇ ਪਹੁੰਚਦੀ ਰਹਿੰਦੀ ਹੈ, ਪਰ ਫਿਰ ਵੀ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਇੱਕ ਪ੍ਰੋਫੈਸ਼ਨਲ ਇਨਸਾਨ, ਇੱਕ ਪ੍ਰੋਫੈਸ਼ਨਲ ਕੁਆਲੀਫਾਈਡ ਇਨਸਾਨ ਦੇਵੇ ਕਿ ਅੱਜ ਪੰਜਾਬ ਦਾ ਸੀਨ ਕੀ ਹੈ, ਪੰਜਾਬ ਦੇ ਵਿੱਚ ਰਾਜਨੀਤੀ ਕਿਸ ਤਰ੍ਹਾਂ ਦੀ ਚੱਲ ਰਹੀ ਹੈ, ਪੰਜਾਬ ਦੇ ਵਿੱਚ ਸਮਾਜਿਕ ਸਮੱਸਿਆਵਾਂ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ, ਤਾਂ ਹੋ ਸਕਦਾ ਤੁਹਾਨੂੰ ਖੁਸ਼ੀ ਮਹਿਸੂਸ ਹੋਵੇ। ਅੱਜ ਸਾਡੇ ਸਟੂਡੀਓ ਦੇ ਵਿੱਚ ਉਚੇਚੇ ਤੌਰ 'ਤੇ ਚੱਲ ਕੇ ਆਏ ਨੇ ਉੱਘੇ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ, ਜਿਹੜੇ ਕਿ ਐਡੀਟਰ ਇਨ ਚੀਫ ਨੇ ਰੇਡੀਓ ਪੰਜਾਬ ਟੂਡੇ ਦੇ। ਦਾਨੇਵਾਲੀਆ ਸਾਹਿਬ ਸਾਡੇ ਸਟੂਡੀਓ 'ਚ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਤੁਸੀਂ ਮੈਨੂੰ ਇੱਥੇ ਵਿਨੀਪੈਗ ਦੇ ਵਿੱਚ ਐਡਾ ਮਾਣ ਸਤਿਕਾਰ ਦਿੱਤਾ ਅਤੇ ਕੈਮਰੇ ਦੇ ਲੈਂਸ ਦੇ ਜ਼ਰੀਏ ਮੈਨੂੰ ਹਰ ਘਰ ਦੇ ਵਿੱਚ ਪਹੁੰਚਣ ਦੇ ਲਈ ਇੱਕ ਵਿਸ਼ੇਸ਼ ਜਿਹੜਾ ਇੰਤਜ਼ਾਮ ਕੀਤਾ, ਤਾਂ ਜੋ ਮੈਂ ਕੁਛ ਜਿਹੜੇ ਸੁਨੇਹੇ ਨੇ ਜਾਂ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਨੇ ਉਹ ਸ਼ਾਇਦ ਹਰ ਘਰ ਤੱਕ ਪਹੁੰਚ ਸਕਣ। ਦਾਨੇਵਾਲੀ ਸਾਹਿਬ, ਸਾਨੂੰ ਇਹ ਦੱਸੋ ਕਿ ਪੰਜਾਬ ਦਾ ਸੋਸ਼ੋ ਪੋਲੀਟੀਕਲ ਸੀਨ ਕੀ ਹੈ ਅੱਜ ਕੱਲ੍ਹ? ਸਭ ਤੋਂ ਵੱਡੀ ਗੱਲ ਬਰਾੜ ਸਾਹਿਬ, ਜੇਕਰ ਆਪਾਂ ਗੱਲ ਕਰੀਏ ਸੋਸ਼ੋ ਪੋਲੀਟੀਕਲ, ਜਿਹੜਾ ਪਹਿਲਾਂ ਸੋਸਾਇਟੀ ਦੀ ਗੱਲ ਕਰ ਲਈਏ ਜਿੱਥੇ ਤੁਸੀਂ ਸੋਸ਼ਲ ਗੱਲ ਕੀਤੀ ਆ ਜੀ, ਸੋ ਨੋਰਮਲੀ ਸਾਡੇ ਪੰਜਾਬ ਦੇ ਵਿੱਚ ਇੱਕ ਜਾਂ ਕਹਿ ਲਓ ਕਿ ਧੱਕੇ ਦੇ ਨਾਲ ਧਾਰਨਾ ਬਣਾਈ ਜਾ ਰਹੀ ਹੈ ਕਿ ਪੰਜਾਬ ਤੁਹਾਡੇ ਰਹਿਣ ਦੇ ਕਾਬਲ ਨਹੀਂ ਜੀ। ਹਰ ਇੱਕੋ ਬੱਚਾ ਜਿਹੜਾ ਨਾ, ਜਿਹੜੇ ਅਸੀਂ ਕਹਿੰਦੇ ਸੀਗੇ ਕਿ ਬਹੁਤ ਸੋਹਣੇ ਪੜ੍ਹ ਲਿਖ ਕੇ ਅੱਗੇ ਵੱਧ ਸਕਦੇ ਨੇ, ਨਾ ਉਹ ਆਰਮੀ ਲਈ ਤਿਆਰੀ ਕਰ ਰਹੇ ਨੇ, ਨਾ ਸਿਵਲ ਸਰਵਿਸਿਜ਼ ਦੇ ਲਈ ਤਿਆਰੀ ਕਰ ਰਹੇ ਨੇ, ਨਾ ਕਿਸੇ ਹੋਰ ਜਿਹੜੇ ਅਹਿਮ ਭਾਰਤ ਦੀਆਂ ਸਰਵਿਸਿਜ਼ ਨੇ ਉਹਨਾਂ ਦੇ ਲਈ ਤਿਆਰੀ ਕਰ ਰਹੇ ਨੇ। ਕਾਲਜ ਕੀਤਾ, ਟੈਨ ਪਲੱਸ ਟੂ ਕੀਤਾ, ਮੈਂ ਬਾਹਰ ਜਾਣਾ ਜੀ। ਮੈਂ ਇਸਨੂੰ ਮਾਈਗ੍ਰੇਸ਼ਨ ਕੋਈ ਮਾੜਾ ਨਹੀਂ ਗਿਣਦਾ, ਪਰ ਏਲੀਅਨ ਹੋਣਾ ਮਾੜਾ, ਜਿਹੜੀ ਏਲੀਅਨ ਦੀ ਪ੍ਰਵਿਰਤੀ ਪੈ ਜਾਣੀ ਹੈ ਨਾ, ਉਹ ਮਾੜੀ ਆ, ਤਿਆਗ ਕਰ ਦੇਣਾ ਮਾੜਾ। ਸਾਡੇ ਪੰਜਾਬ ਨੂੰ ਜਿਹੜਾ ਤਿਆਗ ਕਰਵਾਇਆ ਜਾ ਰਿਹਾ ਨੌਜਵਾਨ ਪੀੜ੍ਹੀ ਤੋਂ, ਉਹ ਬਹੁਤ ਹੀ ਮੈਂ ਕਹਿ ਸਕਦਾ ਚਿੰਤਾ ਦਾ ਵਿਸ਼ਾ ਅਤੇ ਮੈਂ ਕਹਿ ਸਕਦਾ ਮਾੜਾ ਟ੍ਰੈਂਡ ਹੈ। ਰਾਈਟ, ਹੁਣ ਕਿਉਂ ਹੋ ਰਿਹਾ, ਕਿਵੇਂ ਹੋ ਰਿਹਾ, ਇਹ ਸਾਡੇ ਬੁੱਧੀਜੀਵੀਆਂ ਨੂੰ ਸੋਚਣਾ ਪੈਣਾ, ਉਹਨਾਂ ਨੂੰ ਬ੍ਰੇਨ ਲਾਉਣੇ ਪੈਣੇ ਆ। ਮੈਂ ਤਾਂ ਬੀਇੰਗ ਅ ਜਰਨਲਿਸਟ ਤੁਹਾਨੂੰ ਦੱਸ ਸਕਦਾ ਕਿ ਇਹ ਹੋ ਰਿਹਾ ਜੀ, ਕਿਉਂ ਹੋ ਰਿਹਾ, ਇਹਦੇ ਉੱਤੇ ਵਿਚਾਰ ਕਰਨਾ ਪੈਣਾ, ਮੈਂ ਇਕੱਲਾ ਨਹੀਂ ਕਰ ਸਕਦਾ, ਵੀ ਹੈਵ ਟੂ ਸਿਟ ਆਲ ਟੂਗੈਦਰ ਜੀ, ਗੱਲ ਕਰਨੀ ਪੈਣੀ ਆ, ਬੱਚਿਆਂ ਨਾਲ ਗੱਲ ਕਰਨੀ ਪੈਣੀ ਆ, ਪੇਰੈਂਟਸ ਨਾਲ ਗੱਲ ਕਰਨੀ ਪੈਣੀ ਆ। ਮੈਂ ਕੀ ਦੇਖਦਾ ਕਿ ਬੜੀਆਂ ਅਹਿਮ ਸਰਵਿਸਿਜ਼ ਨੇ ਇੰਡੀਆ ਦੇ ਵਿੱਚ, ਜਿੱਥੇ ਤੁਸੀਂ ਜਦੋਂ ਅਫਸਰ ਦੇ ਹੱਥ 'ਚ ਕਲਮ ਆਉਂਦੀ ਹੈ ਨਾ, ਬਹੁਤ ਕੁਛ ਕਰ ਜਾਂਦਾ। ਹੁਣ ਪ੍ਰਸਥਿਤੀ ਇਹ ਪੈਦਾ ਹੋ ਗਈ ਆ, ਮੈਂ ਖਾਸ ਕਰਕੇ ਪੰਜਾਬੀ ਅਤੇ ਫਿਰ ਸਿੱਖ ਕਮਿਊਨਿਟੀ ਦੀ ਗੱਲ ਕਰਦਾ, 5-6 ਸਾਲਾਂ ਨੂੰ ਤਾਂ ਸ਼ਾਇਦ ਸਾਡਾ ਕੋਈ ਸਿੱਖ ਜਿਹੜਾ ਹੈਗਾ ਚੀਫ ਆਫ ਆਰਮੀ ਸਟਾਫ ਬਣ ਜਾਏ। ਦੋ ਸਾਨੂੰ ਮਿਲ ਚੁੱਕੇ ਨੇ ਇਨ ਪਾਸਟ, ਜਨਰਲ ਜੇ ਜੇ ਸਿੰਘ ਅਤੇ ਜਨਰਲ ਬਿਕਰਮ ਸਿੰਘ ਜੀ। ਇੱਕ ਤੋਂ ਮੈਨੂੰ ਲੱਗਦਾ ਕਿ ਇਹਨਾਂ ਦੇ ਵਿੱਚੋਂ ਮੇਜਰ ਲੈਫਟੀਨੈਂਟ ਜਨਰਲ ਤਾਂ ਬਣ ਜਾਣਗੇ, ਪਰ ਚੀਫ ਆਫ ਆਰਮੀ ਸਟਾਫ ਸ਼ਾਇਦ ਇੱਕ ਬਣੇ। ਪਰ ਉਸ ਤੋਂ ਬਾਅਦ ਮੈਨੂੰ ਲੱਗ ਹੀ ਨਹੀਂ ਰਹੀ ਕਿੰਨੇ ਸਾਲਾਂ ਬਾਅਦ ਸਾਨੂੰ ਕੋਈ ਮਿਲੂਗਾ, ਕਿਉਂਕਿ ਆਰਮੀ 'ਚ ਹੈ ਹੀ ਨਹੀਂ ਸਾਡੇ ਨੌਜਵਾਨ ਹੀ ਨੌਜਵਾਨ ਹੀ ਹੈ ਜੀ। ਕਿਉਂ ਨਹੀਂ ਹੈਗੇ ਭਾਈ, ਇਲੀਟ ਸਰਵਿਸਿਜ਼ ਆ, ਹਰ ਕੋਈ ਤਾਂ ਬੰਦਾ ਗੋਲੀ ਨਾਲ ਨਹੀਂ, ਐਕਸੀਡੈਂਟ ਵੀ ਮਰੀ ਜਾਂਦੇ, ਹੋਰ ਹੈ। ਪਰ ਇੱਕ ਜਦੋਂ ਵਰਦੀ ਦੇ ਵਿੱਚ ਪੱਗ ਕਾ ਕੇ ਬੰਦਾ ਉੱਪਰ ਕਮਾਂਡ ਦੇ ਉੱਤੇ ਖੜਨ ਦਾ, ਇਟ ਰਿਪ੍ਰਜੈਂਟ ਯੂਅਰ ਕਮਿਊਨਿਟੀ ਵਰਲਡ ਵਾਈਡ। ਇਹਦਾ ਐਗਜ਼ਾਮਪਲ ਤੁਹਾਨੂੰ ਬੜਾ ਦਿੰਦਾ, ਸ਼ਾਇਦ ਉਹਦਾ ਦਲੇਰ ਮਹਿੰਦੀ ਦਾ ਗਾਣਾ ਆਇਆ ਸੀਗਾ ਬੋਲੋ ਤਾਰਾ ਰਾਰਾ ਜੀ। ਹੁਣ ਤਾਰਾ ਰਾਰਾ ਗੱਡੇ 'ਤੇ ਨਾ ਚੜ੍ਹਦੀ, ਗੜੀਰੇ 'ਤੇ ਨਾ ਚੜ੍ਹਦੀ, ਉਹਨੇ ਚੀਨੀ ਵੀ ਨਚਾਤੇ ਸੀ ਬਿਲਕੁਲ। ਹੁਣ ਉਹ ਚੀਨ ਦੇ ਵਿੱਚੋਂ ਵੱਜਿਆ, ਪਰ ਉੱਥੇ ਜਿਹੜਾ ਗਾਉਣ ਵਾਲਾ ਸੀ ਉਹ ਟਰਬਨੇਟਰ ਸੀ। ਯੂ ਨੋ ਵਟ ਇਜ਼ ਟਰਬਨੇਟਰ, ਜਿਹੜਾ ਪੱਗ ਬੰਨਦਾ, ਟਰਬਨ ਦੀ ਰਿਪ੍ਰਜੈਂਟੇਸ਼ਨ ਹੋਈ। ਮਨਮੋਹਨ ਸਿੰਘ ਤੋਂ ਪਹਿਲਾਂ ਸਾਡੇ ਰਾਸ਼ਟਰਪਤੀ ਬਣੇ ਯਾਨੀ ਜੈਲ ਸਿੰਘ, ਇੱਕ ਟਰਬਨ ਵਰਲਡ ਵਾਈਡ ਆਈ ਕਿਉਂਕਿ ਅਗਲਾ ਕਹਿੰਦਾ ਰਿਪ੍ਰਜੈਂਟਸ ਸਿੱਖ ਕਮਿਊਨਿਟੀ। ਸਾਡੇ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਇੱਥੇ ਤੁਹਾਡੇ ਡਿਫੈਂਸ ਮਿਨਿਸਟਰ ਨੇ, ਹੀ ਇਜ਼ ਅ ਟਰਬਨੇਟਰ। ਸੋ
ਯੂ ਆਰ ਇੱਕ ਬੜੀ ਮਨਿਊਟ ਜੀ ਪਾਪੂਲੇਸ਼ਨ ਦੇ ਵਿੱਚ ਇੱਕ ਯੂਨੋ ਵੱਡਾ ਵੱਡਾ ਨਕਸ਼ਾ, ਅਤੇ ਜੇ ਤੁਸੀਂ ਪੈੱਨ ਦਾ ਸਪੋਟ ਲਾਉਣਾ ਸ਼ਾਇਦ ਆਪਣੇ ਸਿੱਖ ਵਰਤਦੇ ਨੇ, ਇੰਨੀ ਘੱਟ ਨੇ ਉਹਦੇ ਵਿੱਚੋਂ ਤੁਹਾਨੂੰ ਵਰਲਡ ਦੇ ਵਿੱਚ, ਵਰਲਡ ਦੇ ਟੀ ਵੀ ਚੈਨਲਸ ਦੇ ਵਿੱਚ, ਵਰਲਡ ਦੇ ਮੈਗਜ਼ੀਨਸ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ ਯੂ ਫਾਈਲ ਸੰਬੋਡੀ ਡਿਫਰੈਂਟ ਅਟਾਰੇ ਡਰੈਸ ਦੇ ਵਿੱਚ, ਸੋ ਕਹਿੰਦੇ ਹੂ ਆਰ ਦਿਸ, ਹੂ ਇਜ਼ ਦਿਸ, ਸੋ ਦੈਨ ਯੂ ਉਹ ਰੀਪ੍ਰਜੈਂਟ ਕਿਹਨੂੰ ਕਰਦਾ, ਸਾਰੀ ਕਮਿਊਨਿਟੀ ਨੂੰ। ਹੁਣ ਉਹ ਕਮਿਊਨਿਟੀ ਦੇ ਵਿੱਚੋਂ ਤੁਹਾਨੂੰ ਪਤਾ ਲੱਗਦਾ ਕਿ ਫਿਰ ਲੋਕ ਤੁਹਾਡੇ 'ਤੇ ਰਿਸਰਚ ਕਰਦੇ ਆ। ਸਿੱਖ ਬੜੇ ਪੜ੍ਹੇ ਲਿਖੇ ਨੇ, ਬੜੇ ਅਹਿਮ ਅਹੁਦਿਆਂ 'ਤੇ ਨੇ, ਪਰ ਬਦਕਿਸਮਤੀ ਇੱਕ ਚੀਜ਼ ਹੈ ਕਿ ਉਹ ਸਾਰੀ ਚੀਜ਼ ਨੂੰ ਡਿਨਾਈ ਕਰਕੇ, ਸਾਰੀ ਚੀਜ਼ ਨੂੰ ਪਾਸੇ ਕਰਕੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਮੁੰਡਾ ਸਾਡਾ ਸਾਰੀ ਕਮਿਊਨਿਟੀ ਦੇ ਵਿੱਚੋਂ ਨਸ਼ਾ ਵੇਚਦਾ ਫੜਿਆ ਗਿਆ, ਸਾਰੀ ਕਮਿਊਨਿਟੀ 'ਤੇ ਲਾਨਤ ਜੀ। ਇੱਕ ਬੱਚੇ ਨੇ ਕੋਈ ਗਲਤੀ ਕਰ ਲਈ, ਸਾਰੀ ਕਮਿਊਨਿਟੀ 'ਤੇ ਲਾਨਤ, ਗੁਰਦੁਆਰੇ 'ਚ ਲੜਕ ਕੇ ਸਾਰੀ ਕਮਿਊਨਿਟੀ 'ਤੇ ਲਾਨਤ। ਉਹ ਕੋਈ ਮੀਡੀਆ ਐਸਾ ਹੈ ਜਿਹੜਾ ਸਾਡੀ ਸਿੱਖਾਂ ਦੀ ਜਿਹੜੀ ਕੰਟਰੀਬਿਊਸ਼ਨ ਟੁਵਰਡਸ ਵਰਲਡ ਆ ਜਾਂ ਕੰਟਰੀਬਿਊਸ਼ਨ ਟੁਵਰਡਸ ਯੂਅਰ ਕੰਟਰੀ ਆ ਉਹਦੇ ਬਾਰੇ ਦੱਸੇ? ਡੂ ਯੂ ਥਿੰਕ ਕਿ ਇਹ ਸੱਜਣ ਸਿੰਘ ਜਿਹੜਾ ਹੈਗਾ ਐਵੇਂ ਤਾਂ ਡਿਫੈਂਸ ਮਿਨਿਸਟਰ ਬਣ ਗਿਆ? ਹਰਜੀਤ ਸਿੰਘ ਸੱਜਣ, ਸਿੱਖਾਂ ਦੀ ਸਾਡੇ ਬਾਬੇ ਜਿਹੜੇ ਇੱਥੇ ਆਏ ਸੀ ਨਾ, ਉਹਨਾਂ ਨੇ ਜੋ ਕੈਨੇਡਾ ਦੇ ਡਿਵੈਲਪਮੈਂਟ ਦੇ ਵਿੱਚ, ਕੈਨੇਡਾ ਨੂੰ ਖੜ੍ਹਾ ਕਰਨ ਦੇ ਵਿੱਚ ਜ਼ਿੰਮੇਵਾਰੀ ਪਾਈ ਹੈ, ਇਹ ਉਹਦਾ ਨਤੀਜਾ ਹੈ। ਇੱਥੋਂ ਦਾ ਸਟੇਟ ਜਿਹੜਾ ਹੈਗਾ, ਤੁਹਾਨੂੰ ਇੱਕ ਦੱਸਦਾ ਕਿ ਇੱਕ ਸਟੇਟ ਹੁੰਦਾ ਵਰਲਡ, ਉਹ ਸਟੇਟ ਨਾ ਤਾਂ ਟਰੂਡੋ ਦਾ, ਨਾ ਕਿਸੇ ਹੋਰ ਮਿਨਿਸਟਰ ਦਾ, ਪ੍ਰਾਈਮ ਮਿਨਿਸਟਰ ਦਾ ਹੋਣਾ। ਇਹ ਸਟੇਟ ਇੱਕ ਬੋਡੀ ਹੁੰਦੀ ਹੈ ਜਿਹੜੀ ਹਮੇਸ਼ਾ ਪਰਦੇ ਦੇ ਪਿੱਛੇ ਹੁੰਦੀ ਹੈ, ਐਂਡ ਜਦੋਂ ਕਹਿੰਦੀ ਹੈ ਕਿ ਇਹ ਕਮਿਊਨਿਟੀ ਜਿਹੜੀ ਹੈ ਲੋਇਲ ਹੈ, ਕਮਿਊਨਿਟੀ ਬੜੀ ਬਹੁਤ ਵਧੀਆ, ਵੀ ਕੈਨ ਟਰੱਸਟ ਔਨ ਦੈਮ, ਸੋ ਦੈਨ ਉਹ ਤੁਹਾਨੂੰ ਇਸ ਮੁਕਾਮ 'ਤੇ ਪਹੁੰਚਾਉਂਦੇ। ਸੋ ਤੁਸੀਂ ਇਹ ਕਹਿ ਰਹੇ ਹੋ ਕਿ ਸਾਡਾ 100-150 ਸਾਲ ਦੀ ਜਿਹੜੀ ਇਮੀਗ੍ਰੇਸ਼ਨ ਦੀ ਹਿਸਟਰੀ ਹੈ ਕੈਨੇਡਾ ਦੀ, ਉਹਦਾ ਇੱਕ ਰਿਵਾਰਡ ਹੈ, ਪ੍ਰਸ਼ਾਦ ਸਾਨੂੰ ਇਹ ਮਿਲਿਆ ਕਿ ਸਾਡੇ 'ਚੋਂ ਸਾਡਾ ਇੱਕ ਭਰਾ, ਸਾਡਾ ਇੱਕ ਚਾਚਾ ਤਾਇਆ ਇੱਕ ਡਿਫੈਂਸ ਮਿਨਿਸਟਰ ਦੀ ਪੋਜੀਸ਼ਨ 'ਤੇ ਪਹੁੰਚਿਆ, ਉਹ ਸਾਡੀ ਕਾਬਲੀਅਤ ਦੀ ਨਿਸ਼ਾਨੀ ਹੈ। ਬਿਲਕੁਲ, ਆਪਾਂ ਪੰਜਾਬ ਵਾਲੀ ਗੱਲ 'ਤੇ ਵਾਪਸ ਜਾਂਦੇ ਹਾਂ। ਜਿਵੇਂ ਤੁਸੀਂ ਕਹਿੰਦੇ ਹੋ ਕਿ ਸਾਰੇ ਬੱਚੇ ਜਿਹੜੇ ਨੌਜਵਾਨ ਨੇ 20 ਸਾਲਾਂ ਤੋਂ ਲੈ ਕੇ 30-35 ਸਾਲਾਂ ਦੀ ਉਮਰ ਤੱਕ ਭੱਜਣਾ ਚਾਹੁੰਦੇ ਨੇ, ਮੇਰੀ 12ਵੀਂ ਹੋ ਜੇ ਜੀ, ਮੇਰੀ BA BSc ਹੋ ਜੇ, ਮੈਂ ਬਾਹਰ ਜਾਣਾ, ਇਹ ਟ੍ਰੈਂਡ ਹੈ ਜਾਂ ਸਾਜਿਸ਼? ਲੋਕ ਇਹ ਕਹਿੰਦੇ ਆ ਕਿ ਸੋਚੀ ਸਮਝੀ ਸਾਜਿਸ਼, ਮੈਂ ਕਹਿੰਦਾ ਸੋਚੀ ਸਮਝੀ ਕੌਣ ਕਰ ਰਿਹਾ? ਇਹੀ ਤਾਂ ਮੈਂ ਕਹਿੰਦਾ ਕਿ ਸਾਨੂੰ ਬਹਿ ਕੇ ਸੋਚਣਾ ਪੈਣਾ ਜੀ। ਇਹ ਵਕੀਲ ਕਰਾਇਆ ਜਾ ਰਿਹਾ ਤੁਹਾਡੇ ਤੋਂ ਪੰਜਾਬ, ਮੈਂ ਬੜਾ। ਹੁਣ ਤੁਸੀਂ ਥੋੜ੍ਹਾ ਜਿਹਾ ਆਪਦੇ ਜ਼ਹਿਨ ਦੇ ਵਿੱਚ, ਸਾਡੇ ਜਿਹੜੇ ਵਿਊਅਰਸ ਨੇ ਉਹ ਵੀ ਥੋੜ੍ਹਾ ਜਿਹਾ ਸਰਾਊਂਡਿੰਗ 'ਤੇ ਧਿਆਨ ਦੇਣ, ਖਾਸ ਕਰਕੇ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਆਜ਼ਾਦੀ ਤੋਂ ਪਹਿਲਾਂ, ਮੈਂ ਕਹਿੰਦਾ ਹੁੰਦਾ ਕਿ ਸਾਡੀ ਵੰਡ ਤੋਂ ਪਹਿਲਾਂ ਪੰਜਾਬ ਤਾਂ ਵੰਡਿਆ ਗਿਆ ਜੀ, ਆਜ਼ਾਦ ਨਹੀਂ ਹੋਇਆ, ਕਿਉਂਕਿ ਆਜ਼ਾਦੀ ਤਾਂ ਉਹਨਾਂ ਲੋਕਾਂ ਨੂੰ ਮਿਲੀ ਹੈ। ਠੀਕ ਹੈ, ਅਸੀਂ ਤਾਂ ਵਿਚਾਲੇ, ਸਾਡੇ ਤਾਂ ਦਿਲ ਦੇ ਵਿਚਾਲੇ ਜਿਹੜਾ ਚਾਕੂ ਹਿਰਿਆ। ਚੜ੍ਹਦੇ ਪੰਜਾਬ ਦੇ ਵਿੱਚ ਜਿਹੜਾ ਮੁਸਲਮਾਨ ਪਿੰਡ ਸੀ, ਅਤੇ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਸਿੱਖ ਬਹੁਤ ਆਬਾਦੀ ਵਾਲਾ ਪਿੰਡ ਸੀ, ਦੋਨੇ ਜਦੋਂ ਸਵੈਪ ਹੋਏ ਨੇ ਤਾਂ ਪਿੰਡਾਂ, ਕਈ ਪਿੰਡਾਂ ਦੇ ਵਿੱਚ ਸਾਡੇ ਚੜ੍ਹਦੇ ਪੰਜਾਬ ਜਿਹੜਾ ਹੈਗਾ, ਇਹਨਾਂ ਪਿੰਡਾਂ ਦੇ ਵਿੱਚ ਜਿਹੜੀਆਂ ਮਸਜਿਦਾਂ ਸੀਗੀਆਂ ਉਹਨਾਂ ਦੇ ਵਿੱਚ ਜਾਂ ਪਸ਼ੂ ਬੰਨੇ ਨੇ ਜਾਂ ਤੂੜੀ ਭਰੀ ਹੈ ਜਾਂ ਕਿਸੇ ਨੇ ਕੁਛ ਕੀਤਾ, ਸੋ ਉਹ ਮਸਜਿਦ ਨਹੀਂ ਹੈ ਕਿਉਂਕਿ ਰੂਟੀਨ ਪਿੰਡ ਦੀ ਸੀ। ਸਾਡਾ ਜਿਹੜਾ ਲਹਿੰਦਾ ਪੰਜਾਬ ਆ ਉੱਥੇ ਗੁਰਦੁਆਰਾ ਦਾ ਇਹ ਹਾਲ ਹੈ। ਸੋ ਮੀਨਸ ਇਹ ਕਿਉਂ ਹੋਇਆ? ਕਿਉਂਕਿ ਉੱਥੇ ਪਾਪੂਲੇਸ਼ਨ ਹੀ ਹੈ ਨਹੀਂ। ਹੁਣ ਮਸਜਿਦ ਤਾਂ ਪਾਪੂਲੇਸ਼ਨ ਤਾਂ ਮਸਜਿਦ ਰਹੂਗੀ ਨਾ ਜੇ ਉੱਥੇ ਕੋਈ ਜਾਊਗਾ ਆਪਦੀ ਨਮਾਜ਼ ਪੜ੍ਹਨ, ਗੁਰਦੁਆਰਾ ਤਾਂ ਉੱਥੇ ਤਾਂ ਹੋਊਗਾ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਊਗਾ, ਅਤੇ ਨਾ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਇੱਕ ਇਮਾਰਤ ਸੀਗੀ, ਇਮਾਰਤ 'ਚ ਪਸ਼ੂ ਬੰਨ ਲਓ, ਇਮਾਰਤ 'ਚ ਜੋ ਮਰਜ਼ੀ ਕਰ ਲਓ। ਮੇਰੇ ਕਹਿਣ ਤੋਂ ਭਾਵ ਕੀ ਹੈ ਕਿ ਇਹ ਆਬਾਦੀ ਡਿਲੀਊਟ ਹੋ ਗਈ, ਚਲੀ ਗਈ, ਇਲੀਮੀਨੇਟ ਹੋ ਗਈ ਉੱਥੋਂ। ਸੋ ਕਿਤੇ ਨਾ ਕਿਤੇ ਜਿਹੜੀਆਂ ਇਹ ਸਾਜਿਸ਼ਾਂ ਨੇ ਨਾ, ਜਿਹੜੀਆਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦਾ ਆਗਾਜ਼ ਕੀਤਾ ਸੀਗਾ, ਉਹ ਕੱਟੜਪੰਥੀ ਵਹਿਮ ਭਰਮ ਦੇ ਗੇਂਦ ਸੀ, ਅਤੇ ਉਹਨਾਂ ਦੇ ਅਗੇਂਸਟ ਨਾ, ਉਹਨਾਂ ਦੇ ਬਰਾਬਰ ਇੱਕ ਪੈਰਲਲ ਪਾਰ ਚੱਲੀ ਆ ਰਹੀ ਹੈ ਉਸ ਵਕਤ ਤੋਂ, ਉਸ ਆਈਡੀਓਲੋਜੀ ਨੂੰ ਖਤਮ ਕਰਨ ਦੇ ਲਈ। ਸਮਾਂ ਅੱਜ ਵੀ ਉਹੀ ਹੈ। ਉਹ ਕੱਟੜਪੰਥੀ ਭਾਵੇਂ ਉਹ ਹਿੰਦੂ ਰਾਜੇ ਸੀ, ਪਹਾੜੀ ਰਾਜੇ ਸੀ, ਕੌਣ ਸੀ, ਭਾਵੇਂ ਉਹ ਗੰਗੂ ਸੀ, ਉਸ ਫਾਰਮ 'ਚ ਨਹੀਂ। ਸੱਚ ਅਤੇ ਝੂਠ ਦੀ ਲੜਾਈ ਚੱਲੀ ਆ ਰਹੀ? ਨਹੀਂ ਨਹੀਂ, ਸੱਚ ਝੂਠ ਨਹੀਂ ਜੀ, ਨੋ। ਉਹ ਕਹਿੰਦੇ ਕਿ ਇਹਨੇ ਬੰਦੇ ਨੇ ਸਾਡੀ ਦੁਕਾਨਦਾਰੀ ਬੰਦ ਕੀਤੀ ਹੈ ਜੀ, ਅਸੀਂ ਇਹਨੂੰ ਖਤਮ ਕਰਨਾ। ਕੱਟੜਪੰਥੀ, ਅਸੀਂ ਕੱਟੜਪੰਥੀ 'ਚੋਂ ਲਿਬਰਲ
ਰਿਲੀਜਨ ਬਣਿਆ, ਰਾਈਟ? ਉਹ ਚੁਭਣਾ ਸ਼ੁਰੂ ਹੋ ਗਿਆ। ਅਸੀਂ ਡੇ ਵਨ ਤੋਂ ਚੁਭ ਰਹੇ ਹਾਂ ਕਿਉਂਕਿ ਅਸੀਂ ਲੇਟੈਸਟ ਧਰਮ, ਪ੍ਰੋਗਰੈਸਿਵ ਧਰਮ ਹੈ, ਪੜ੍ਹੇ ਲਿਖੇ ਲੋਕ ਨੇ। ਸਾਨੂੰ ਇੱਕ ਕਮਿਊਨਿਟੀ ਬਾਉਂਡਿੰਗ ਸਿਖਾਈ ਹੈ ਸਾਡੇ ਬਾਬਾ ਨਾਨਕ ਨੇ, ਵੀ ਕਿਰਤ ਕਰ, ਨਾਮ ਜਪ, ਵੰਡ ਕੇ ਖਾ, ਕੱਟੜਤਾ ਤੋਂ ਦੂਰ ਕੀ ਦੂਰ ਕੀਤਾ। ਸਾਡੀ ਬਦਕਿਸਮਤੀ ਕੀ ਆ ਕਿ ਲੈਨਨ ਨੇ ਆਈਡੀਓਲੋਜੀ ਕਿਹਦੀ ਚੱਕੀ? ਗੁਰੂ ਨਾਨਕ ਦੇਵ ਜੀ ਦੀ। ਮਸ਼ਹੂਰ ਹੋ ਗਿਆ। ਰੈੱਡ ਕਰਾਸ ਦਾ ਬਾਨੀ ਕੌਣ ਆ? ਰੈੱਡ ਕਰਾਸ ਦਾ ਬਾਨੀ ਹੈ ਭਾਈ ਘਨੱਈਆ ਜੀ। ਕਿਸੇ ਨੇ ਦੱਸਿਆ, ਗੁਰੂ ਮਹਾਰਾਜ ਨੇ ਹੁਕਮ ਕਰਤਾ ਕਿ ਜੰਗ ਦੇ ਵਿੱਚ ਜ਼ਖਮੀਆਂ ਦਾ ਤੂੰ ਇਲਾਜ ਕਰਨਾ। ਉਹਨੇ ਇਹ ਨਹੀਂ ਦੇਖਿਆ ਮੁਸਲਮਾਨ ਹੈ, ਉਹਨੇ ਇਹ ਨਹੀਂ ਦੇਖਿਆ ਸਿੱਖ ਆ। ਸਿੰਘ ਫੜ ਕੇ ਲੈ ਗਏ ਬਾਬਾ ਜੀ ਕੋਲੇ, ਗੁਰੂ ਨਾਨਕ ਦੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਕੋਲੇ, ਵੀ ਮਹਾਰਾਜ ਬਾਬਾ ਜੀ ਗੁਰੂ ਜੀ ਆਹ ਕੀ ਕਰ ਰਿਹਾ, ਇਹ ਤਾਂ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦਾ। ਉਹ ਕਹਿੰਦਾ ਹਾਂ ਵੀ, ਕਹਿੰਦਾ ਜੀ ਮੈਨੂੰ ਤਾਂ ਜ਼ਖਮੀਆਂ ਦਾ ਹੁਕਮ ਸੀ, ਮੈਂ ਤਾਂ ਜ਼ਖਮੀਆਂ ਨੂੰ ਪਿਆ ਰਿਹਾ। ਉੱਚਾ ਉੱਠ ਕੇ, ਉੱਚਾ ਉੱਠ ਕੇ ਉਹਨਾਂ ਨੇ ਕਿਹਾ, ਰਾਈਟ? ਹੁਣ ਉਹੀ ਰੈੱਡ ਕਰਾਸ ਆ, ਤੇ ਆਈਡੀਓਲੋਜੀ ਰੈੱਡ ਕਰਾਸ ਨੇ ਭਾਈ ਘਨੱਈਆ ਜੀ ਤੋਂ ਚੱਕੀ, ਤੇ ਅਸੀਂ ਭਾਈ ਘਨੱਈਆ ਜੀ ਦਾ ਨਾਂ ਨਹੀਂ ਦੱਸ ਸਕੇ। ਹੁਣ ਦੇਖੋ, ਇੱਥੇ ਮੈਨੂੰ ਕਦੇ ਕਦੇ ਇਹ ਮਹਿਸੂਸ ਹੁੰਦਾ, ਮੈਂ ਆਪ ਸਾਇੰਸ ਸਟੂਡੈਂਟ ਹਾਂ, ਸਾਨੂੰ ਰੋਟੀ ਦੇ ਚੱਕਰ ਨੇ ਸਾਇੰਸ ਵੱਲ ਨੂੰ ਧੱਕਤਾ, ਕਿਉਂਕਿ ਨੌਕਰੀ ਮਿਲੂਗੀ, ਹੈ ਨਾ? ਸਾਇੰਸ ਪੜ੍ਹਨਾ ਮਾੜੀ ਗੱਲ, ਮੈਂ ਇਹ ਨਹੀਂ ਕਹਿ ਰਿਹਾ। ਹਿਊਮੈਨਿਟੀਜ਼ ਤੋਂ ਅਸੀਂ ਦੂਰ ਹੋ ਗਏ, ਸਾਨੂੰ ਆਪਦੀ ਭਾਸ਼ਾ, ਪੰਜਾਬੀ ਭਾਸ਼ਾ, ਪੰਜਾਬੀ ਵਿਆਕਰਨ ਤੋਂ ਦੂਰ ਹੋ ਗਏ, ਅਸੀਂ ਸੋਸ਼ਲ ਸਾਇੰਸਿਸ ਤੋਂ ਦੂਰ ਹੋ ਗਏ, ਸੋਸ਼ੀਓਲੋਜੀ ਤੋਂ ਦੂਰ ਹੋ ਗਏ, ਹਿਸਟਰੀ ਤੋਂ ਦੂਰ ਹੋ ਗਏ। ਕੀ ਇਹ ਕਾਰਨ ਹੈ ਕਿ ਜਦੋਂ ਅਸੀਂ ਹਿਸਟਰੀ ਨਹੀਂ ਪੜ੍ਹੀ, ਅਸੀਂ ਰਿਲੀਜਨ ਨਹੀਂ ਪੜ੍ਹਿਆ, ਅਸੀਂ ਮੋਰਲ ਵੈਲਿਊਜ਼ ਨਹੀਂ ਪੜ੍ਹੀਆਂ, ਸਾਡਾ ਡਿਵਿਨਿਟੀ ਦਾ ਜਿਹੜਾ ਸਬਜੈਕਟ ਸਕੂਲਾਂ 'ਚ ਹੁੰਦਾ ਸੀ ਉਹ ਖਤਮ ਹੋ ਗਿਆ, ਅਸੀਂ ਚਿੜੀ ਕਾਂ ਦੀ ਕਹਾਣੀ ਨਹੀਂ ਪੜ੍ਹੀ ਵੀ ਕਾਂ ਜਿਹੜਾ ਮਾੜੇ ਕੰਮ ਕਰਦਾ ਉਹਦੇ ਸਿਰ 'ਚ ਗੜਾ ਵੱਜਦਾ, ਅਤੇ ਜਿਹੜੀ ਚਿੜੀ ਚੰਗੇ ਕੰਮ ਕਰਦੀ ਹੈ ਅਤੇ ਉਹਨੂੰ ਪਰਮਾਤਮਾ ਬਚਾਉਂਦਾ, ਹੈ ਨਾ? ਕੀ ਸਾਡੇ ਐਜੂਕੇਸ਼ਨ ਸਿਸਟਮ 'ਚ ਫਰਕ ਪੈ ਗਿਆ ਜਾਂ ਅਸੀਂ ਆਪ ਹੀ ਖੁਦਗਰਜ਼ ਹੋ ਗਏ? ਦੇਖੋ, ਦੋਨੇ ਚੀਜ਼ਾਂ ਹੁੰਦੀਆਂ। ਜੇ ਤੁਸੀਂ ਨਦੀ ਕਿਨਾਰੇ ਖੜ੍ਹੇ ਹੋ ਮਰਨ ਦੇ ਲਈ, ਅਤੇ ਜੇ ਕਿਸੇ ਨੇ ਧੱਕਾ ਦੇ ਤਾ, ਉਹਨੇ ਤੁਹਾਡੀ ਹੈਲਪ ਕੀਤੀ ਹੈ, ਮਾੜਾ ਕੰਮ ਨਹੀਂ ਕੀਤਾ, ਮੈਂ ਸਿੱਧਾ ਕਹਿੰਦਾ ਹੁੰਦਾ ਜੀ ਜੀ, ਕਿਉਂਕਿ ਤੇਰੇ 'ਚ ਹੌਂਸਲਾ ਨਹੀਂ ਪੈਂਦਾ ਮਰਨ ਨੂੰ, ਕਹਿੰਦਾ ਕਿਉਂ ਐਵੇਂ ਟਾਈਮ ਬਰਬਾਦ ਕਰਦਾ, ਮਰ ਜਾ। ਮਰਨ ਤਾਂ ਤੁਸੀਂ ਲੱਗੀ ਸੀ, ਲੱਗੀ ਸੀ, ਸੌਖਾ ਮਰ ਜਾਏਗਾ। ਕੋਈ ਭਲਾ ਭੁਰਸਾ ਕੇ ਤਾਂ ਪਿੱਛੇ ਖਿੱਚ ਕੇ ਇੱਕ ਅੱਧਾ ਸਮਝਾ ਦੇ ਵੀ ਭਾਈ ਇਹ ਮਾੜੀ ਗੱਲ ਆ, ਤੈਨੂੰ ਰੱਬ ਨੇ ਜ਼ਿੰਦਗੀ ਦਿੱਤੀ ਹੈ, ਕੋਈ 20 ਦਿਨ 100 ਸਾਲ ਇੱਥੇ ਨਿਗਾਹ ਸੇਵਾ ਕਰ। ਅਸਲ ਦੇ ਵਿੱਚ ਨਾ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ, ਕਈ ਪ੍ਰੋਬਲਮਸ ਹੁੰਦੀਆਂ, ਜੇ ਮੈਂ ਤੁਹਾਨੂੰ ਦੱਸਿਆ ਨਾ ਪੁਰਾਣੀ ਕਹਾਣੀ, ਜਿਵੇਂ ਤੁਸੀਂ ਕਹਾਣੀ ਦੀ ਗੱਲ ਕੀਤੀ ਆ, ਇੱਕ ਕਹਾਣੀ ਪੜ੍ਹੀ ਹੋਣੀ ਹੈ, ਲੇਲਾ ਅਤੇ 4 ਠੱਗ। ਕੋਈ ਕਿਸਾਨ ਸੀ, ਉਹ ਆਪਦਾ ਲੇਲਾ ਵੇਚਣ ਪਿੰਡੋਂ ਤੁਰ ਪਿਆ, ਕੁੱਛੜ ਚੱਕ ਲਿਆ, ਅੱਗੇ ਠੱਗ ਮਿਲ ਗਿਆ, ਕਹਿੰਦਾ ਕਿਵੇਂ ਵੀ ਫਲਾਨਾ ਸਿਆ ਠੀਕ ਹੈ? ਕਹਿੰਦਾ ਜੀ ਠੀਕ ਹੈ। ਕਹਿੰਦਾ ਕੁੱਤਾ ਕਿਵੇਂ ਕੁੱਛੜ ਚੁੱਕਿਆ? ਕਹਿੰਦਾ ਕੁੱਤਾ ਨਹੀਂ, ਲੇਲਾ, ਤੈਨੂੰ ਭੁਲੇਖਾ ਪੈ ਗਿਆ। ਕਹਿੰਦਾ ਦੱਸ, ਗੱਲ ਕਹਿ ਕੇ ਛੱਡ ਗਿਆ, ਦੋ ਕਾ ਕੋਹ ਅੱਗੇ ਗਿਆ, ਇੱਕ ਦੂਜਾ ਠੱਗ ਮਿਲ ਗਿਆ। ਕਹਿੰਦਾ ਕਿਵੇਂ ਵੀ ਫਲਾਨਾ ਸਿਆ, ਲੇਲੇ ਨੂੰ ਕਿੱਧਰ ਲਈ ਜਾਂਦਾ? ਉਹ ਕਹਿੰਦਾ ਲੇਲਾ ਰਹੀ ਯਾਰ ਕੁੱਤਾ। ਪਰ ਉਦੋਂ ਬਾਅਦ ਉਹ ਸੋਚਣ ਲੱਗ ਪਏ ਯਾਰ ਵੀ ਦੋ ਬੰਦਿਆਂ ਨੇ ਕਹਿਤਾ, ਵੀ ਕਿਤੇ ਸੱਚੀ ਤਾਂ ਨਹੀਂ ਕੁੱਤਾ? ਉਹਨੂੰ ਆਪਦੀ ਚੀਜ਼ 'ਤੇ ਵਿਸ਼ਵਾਸ ਖਤਮ ਹੁੰਦਾ ਜਾਣ ਲੱਗ। ਤੀਜਾ ਮਿਲਿਆ ਯਾਰ, ਕਹਿੰਦਾ ਤੇਰਾ ਕੁੱਤਾ ਸੋਹਣਾ। ਉਹਨੇ ਫਿਰ ਜਵਾਬ ਨਹੀਂ ਦਿੱਤਾ, ਉਹ ਗੱਲ ਕਹਿ ਕੇ ਟੰਗ ਆ। ਉਹਦਾ ਕਹਿੰਦਾ ਯਾਰ ਮੇਰੇ ਦਿਮਾਗ 'ਚ ਨੁਕਸ ਆ, 3 ਬੰਦੇ ਸਹੀ ਆ ਜਿਹੜੇ ਇਹਨੂੰ ਕੁੱਤਾ ਕਹਿ ਰਹੇ ਨੇ। ਜਦੋਂ ਚੌਥੇ ਨੇ ਗੱਲ ਕੀਤੀ ਤੇ ਉਹਨੇ ਲੇਲਾ ਮਾਰਿਆ ਚਲਾ ਕੇ, ਤੇ ਠੱਗਾਂ ਨੇ ਲੇਲਾ ਚੱਕ ਲਿਆ। ਉਹ ਗੱਲ ਆ ਸਾਡੇ ਲੇਲੇ ਨੂੰ ਕੁੱਤਾ ਬਣਾਉਣ ਲੱਗੇ ਆ, ਉਹ ਚੱਕ ਜਾਣਾ। ਸੋਚਣਾ ਤਾਂ ਅਸੀਂ ਹੈ, ਸਮਝਣਾ ਤਾਂ ਅਸੀਂ ਹੈ। ਦੇਖੋ, ਬਿਮਾਰੀ ਨੇ ਤੁਹਾਡੇ 'ਤੇ ਅਟੈਕ ਕਰਨਾ, ਬਚਣਾ ਤਾਂ ਤੁਸੀਂ, ਤੁਹਾਡਾ ਆਪਣਾ ਇਮਿਊਨ ਸਿਸਟਮ ਹੈ। ਸੋ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਨਾ, ਪੰਜਾਬੀਆਂ ਤੋਂ ਕਮਜ਼ੋਰ ਹੋ ਗਿਆ, ਰਾਈਟ? ਜਾਂ ਅਸੀਂ ਧੱਕੇ ਨਾਲ ਕਰ ਰਹੇ ਹਾਂ, ਜਾਂ ਸਾਨੂੰ ਜਿਵੇਂ ਪਿੱਛੇ ਜਿਹੇ ਇੱਕ ਦੌਰ ਚੱਲਿਆ ਸੀਗਾ ਵੀ ਪੰਜਾਬੀ ਬੋਲਣੀ ਹੈ ਤਾਂ ਅਨਪੜ੍ਹ ਬੰਦਿਆਂ ਦੀ ਹੈ, ਰਾਈਟ? ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਇਮਿਊਨ ਸਿਸਟਮ ਦੇ ਵਿੱਚ ਪੈਨੀਟ੍ਰੇਟ ਕਰ ਗਈਆਂ। ਸੋ ਪੈਨੀਟ੍ਰੇਟ ਕਰ ਗਈਆਂ ਤਾਂ ਫਾਈਨਲੀ ਕੀ ਹੋਊਗਾ, ਤੁਹਾਡੀ ਜਿਹੜੀ ਫਾਈਟਿੰਗ ਕਪੈਸਿਟੀ ਹੈਗੀ ਆ, ਨੈਚੁਰਲੀ ਜਿਹੜਾ ਬਾਡੀ ਦੇ ਵਿੱਚ ਅੰਦਰ ਸਿਸਟਮ ਹੁੰਦਾ, ਉਹ ਜੇ ਦਵਾਈ ਨਾ ਲਾਉਣਾ, ਆਟੋਮੈਟਿਕਲੀ ਗੁਰੂ ਪਰਮਾਤਮਾ ਨੇ, ਨੇਚਰ ਨੇ ਵਿੱਚ ਪਾਇਆ ਕਿ ਕਈ ਬੰਦਿਆਂ ਦਾ ਇੰਨਾ ਇਮਿਊਨ ਸਿਸਟਮ ਸਟਰੋਂਗ ਹੁੰਦਾ, ਉਹ ਜਿਹੜੇ ਬਲੱਡ ਸੈੱਲ ਆਪਣੇ ਨੇ ਉਹ ਦੂਜੇ ਜਿਹੜੇ ਸੈੱਲਸ ਨੂੰ ਖਤਮ ਕਰ ਦਿੰਦੇ ਨੇ, ਉਹ ਸਟਰੋਂਗ ਹੁੰਦੇ ਆ। ਪਰ ਫਾਈਨਲੀ ਜਦੋਂ ਹਾਰ ਜਾਂਦਾ, ਜਿਹਨੂੰ ਕੈਂਸਰ ਕਹਿੰਦੇ, ਕੈਂਸਰ ਕੋਈ ਬਿਮਾਰੀ ਨਹੀਂ ਹੈ, ਉਹ ਤੁਹਾਡਾ ਸਰੀਰ ਹਾਰ ਜਾਂਦਾ ਅੰਦਰੋਂ, ਇਮਿਊਨ ਸਿਸਟਮ ਤੁਹਾਡਾ ਕਮਜ਼ੋਰ ਹੋ ਜਾਂਦਾ। ਹੁਣ ਤੁਹਾਡੀ ਲੇਲੇ ਵਾਲੀ ਸਟੋਰੀ ਚੱਕਦੇ ਹਾਂ, ਉਹਦੇ 'ਚ ਤੁਸੀਂ ਇਹ ਗੱਲ ਕੀਤੀ ਹੈ ਕਿ ਜਦੋਂ ਇੱਕ ਬੰਦੇ ਨੂੰ 4 ਬੰਦੇ ਮਿਲੇ, ਚਾਰਾਂ ਨੇ ਕਿਹਾ ਕੁੱਤਾ, ਤਾਂ ਉਹ ਬੰਦਾ ਕਹਿੰਦਾ ਯਾਰ, ਉਹਨੂੰ ਆਪਣੇ ਦ੍ਰਿੜ ਵਿਸ਼ਵਾਸ 'ਤੇ, ਆਪਣੀ ਅਕਲ 'ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ। ਠੀਕ ਹੈ ਜੀ, ਹੁਣ ਇੱਕ ਪਿੰਡ ਹੈ, ਉਹਦੇ ਸਰਪੰਚ ਖੜ੍ਹਾ ਹੁੰਦਾ, ਵੋਟਾਂ ਪਾਉਣੇ, ਹੈ ਨਾ? ਹੁਣ ਅਸੀਂ ਕਹਿੰਦੇ ਹਾਂ ਵੀ ਲੁੱਚਾ ਬੰਦਾ ਸਰਪੰਚ ਕਿਉਂ ਬਣ ਗਿਆ? ਜੇ ਪਿੰਡ ਲੁੱਚਾ, ਜੇ 90 ਵੋਟਾਂ ਲੁੱਚੀਆਂ ਨੇ,
ਤਾਂ ਫਿਰ ਦਸਾਂ ਵੋਟਾਂ 'ਤੇ ਸਾਬੂ ਸਰਪੰਚ ਬਣ ਹੀ ਨਹੀਂ ਸਕਦਾ ਕਿ ਸਾਨੂੰ ਆਪਦੀ ਹੁਣ ਪੋਲੀਟਿਕਸ ਨੂੰ ਆਪਾਂ ਟੱਚ ਕਰ ਰਹੇ ਹਾਂ ਪੰਜਾਬ ਦੀ ਵੀ ਜੇ ਅਸੀਂ ਕਹਿੰਦੇ ਹਾਂ ਪੰਜਾਬ ਦੇ ਰਾਜੇ ਮਾੜੇ ਨੇ ਪੰਜਾਬ ਦੇ ਪੋਲੀਟੀਸ਼ੀਅਨ ਮਾੜੇ ਨੇ ਪੰਜਾਬ ਦੇ ਮੰਤਰੀ ਜਿਹੜੇ ਹੈ ਮੁੱਖ ਮੰਤਰੀ ਮਾੜੇ ਨੇ ਤਾਂ ਉਹ ਚੁਣ ਕੇ ਤਾਂ ਅਸੀਂ ਭੇਜੇ ਦੇਖੋ ਇੱਕ ਤਾਂ ਚੁਣ ਕੇ ਤਾਂ ਤੁਸੀਂ ਭੇਜੇ ਹੁਣ ਮੈਂ ਤੁਹਾਨੂੰ ਜਿਹੜਾ ਪੰਜਾਬ ਦਾ ਇਸ ਗੱਲ ਨੂੰ ਤੁਰਦੇ ਪਿਛਲੀ ਗੱਲ ਨੂੰ ਛੱਡ ਦਿਓ ਜੀ ਅਕਾਲੀ ਦਲ ਦੀ ਜਿਹੜੀ ਬਗਾਵਤ ਹੋਣ ਦਾ ਜਿਹੜਾ ਕਾਰਨ ਹੈ ਨਾ ਜੀ ਉਹੀ ਇਹੀ ਆ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਜੀ ਜਿਹੜੇ ਟਕਸਾਲੀ ਅਕਾਲੀ ਵੋਟਰ ਸੀਗੇ ਨਾ ਉਹਨਾਂ ਨੇ ਵੋਟ ਹੀ ਨਹੀਂ ਪਾਈ ਉਹ ਘਰ ਬਹਿ ਗਏ ਉਹ ਕਹਿੰਦੇ ਕਾਂਗਰਸ ਤਾਂ ਮਾੜੀ ਅਸੀਂ ਪਾ ਨਹੀਂ ਸਕਦੇ ਆਮ ਆਦਮੀ ਪਾਰਟੀ ਦਾ ਸਾਡਾ ਆਈਡੀਓਲੋਜੀ ਨਹੀਂ ਰਲਦੀ ਅਤੇ ਜਿਹੜਾ ਸਾਡਾ ਅਸਲ ਅਕਾਲੀ ਦਲ ਸੀ ਜਿਹਦੇ ਮਾਲਕ ਅੱਜ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਬਣੇ ਫਿਰਦੇ ਆ ਉਹਨਾਂ ਨੇ ਤਾਂ ਸਾਡੇ ਨਾਲ ਧਰੋ ਕਮਾਤਾ ਇਹ ਅਕਾਲੀ ਦਲ ਤਾਂ ਰਿਹਾ ਨਹੀਂ ਜੋ ਅਸੀਂ ਹੈਗੇ ਹਾਂ ਕਹਿੰਦੇ ਭਾਈ ਫਿਰ ਘਰੇ ਬਹਿ ਜਾਓ ਨਨ ਆਫ ਦੀਜ਼ ਉਹ ਜਿਹੜਾ ਨਨ ਆਫ ਦੀਜ਼ ਨੇ ਕੀ ਕੀਤਾ ਅਸੀਂ ਡਿਸਕਸ ਵੀ ਕੀਤਾ ਐਵੇਂ ਗੁਰੂ ਮਹਾਰਾਜ ਦੀ ਕਿਰਪਾ ਵੀ ਸਾਨੂੰ ਸੁਣਦੇ ਆ ਕੁਛ ਲੋਕ ਅਗਾਹੇ ਮਗਾਹੇ ਔਰ ਅਸੀਂ ਕੁਛ ਗੱਲਾਂ ਇਹ ਦੱਸ ਦਿੰਦੇ ਹਾਂ ਕਿ ਭਾਈ ਜਿਹੜੀ ਹਵਾ ਨਾ ਉਹ ਤੁਹਾਡੇ ਮੌਸਮ ਵਿਭਾਗ ਵਾਂਗੂ ਜਾਂ ਤੁਸੀਂ ਇੱਥੇ ਕੰਪਿਊਟਰ 'ਤੇ ਕੱਢ ਕੇ ਦੇਖ ਲਿਓ 7 ਦਿਨਾਂ ਨੂੰ ਬਰਫ਼ ਪਊਗੀ ਫਲਾਨਾ ਪਊਗਾ ਧਿਵਕਾ ਦਊਗਾ ਅਸਲ ਪੱਤਰਕਾਰਤਾ ਤਾਂ ਉਹ ਹੁੰਦੀ ਹੈ ਵੀ ਦੱਸ ਦਈਏ ਭਾਈ ਇਹ ਹੋਣ ਵਾਲਾ ਹੁਣ ਤੁਸੀਂ ਭਾਈ ਰਜਾਈ ਕੱਢਣੀ ਹੈ ਕੰਬਲ ਕੱਢਣਾ ਕਿ ਨੰਗੇ ਪਿੰਡੇ ਜਾਣਾ ਜੀ ਠੀਕ ਹੈ ਉਹ ਤੁਸੀਂ ਸੋਚੋ ਉਹ ਫਿਰ ਅਸੀਂ ਹਿਸਾਬ ਲਾ ਤਾ ਵੀ ਇਹ ਜਿਹੜਾ ਅਕਾਲੀ ਦਲ ਆ ਨਾ ਇਹ ਤਾਂ ਵੋਟ ਬੈਂਕ ਹੈਗਾ ਜਿਹੜੇ ਘਰੇ ਬੈਠੇ ਸੀ ਇਹਦਾ ਮਤਲਬ ਉਹ ਕੱਟੜ ਜੁੜੇ ਹੋਏ ਨੇ ਉਹ ਟਕਸਾਲੀ ਅਕਾਲੀ ਨੇ ਉਹ ਬਾਦਲ ਅਕਾਲੀ ਦਲ ਦੇ ਬੰਦੇ ਨੇ ਉਹ ਪੰਥਕ ਨੇ ਫਿਰ ਜਿਹੜੇ ਜਥੇਦਾਰ ਸੀਗੇ ਕਿਉਂਕਿ ਹੁਣ ਤਾਂ ਅਕਾਲੀ ਦਲ 'ਚ ਜਥੇਦਾਰ ਹੀ ਨਹੀਂ ਕੋਈ ਲਾਉਂਦਾ ਜੇ ਪ੍ਰਕਾਸ਼ ਸਿੰਘ ਬਾਦਲ ਦੇ ਅੱਗੇ ਜਥੇਦਾਰ ਨਹੀਂ ਲੱਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਿਖਦੇ ਸੁਖਬੀਰ ਸਿੰਘ ਬਾਦਲ ਦੇ ਅੱਗੇ ਜਥੇਦਾਰ ਨਹੀਂ ਬਿਕਰਮ ਮਜੀਠੀਆ ਦੇ ਅੱਗੇ ਜਥੇਦਾਰ ਨਹੀਂ ਨਵੇਂ ਹੋਰ ਲੀਡਰ ਹੈ ਕਿਸੇ ਦੇ ਅੱਗੇ ਜਥੇਦਾਰ ਨਹੀਂ ਜਥੇਦਾਰ ਕਿਹਦੇ ਨਾਲ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜਥੇਦਾਰ ਅਜਨਾਲਾ ਆਪਣੇ ਜਥੇਦਾਰ ਸੁਖਦੇਵ ਸਿੰਘ ਢੀਂਡਸਾ ਇਹਨਾਂ ਦੇ ਅੱਗੇ ਲੱਗਦਾ ਹੁਣ ਉਹ ਜਿਹੜੇ ਜਥੇਦਾਰ ਸੀਗੇ ਨਾ ਉਹ ਫਿਰ ਫੜ ਗਏ ਹੌਸਲਾ ਵੀ ਮਾੜਾ ਵੀ ਆਪਾਂ ਐਵੇਂ ਸੁਖਬੀਰ ਤੋਂ ਡਰੀਏ ਵੋਟ ਬੈਂਕ ਤਾਂ ਅਕਾਲੀ ਦਲ ਦਾ ਹੈਗਾ ਜਿਹੜਾ ਨੈਸ਼ਨਲਿਸਟ ਵੀ ਆ ਰਾਈਟ ਕੱਟੜਪੰਥੀ ਵੀ ਨਹੀਂ ਹੈਗਾ ਹੋਰ ਵੀ ਨਹੀਂ ਹੈਗਾ ਸੋ ਆਪਣੇ ਬਗਾਵਤ ਕਰ ਦਿਓ ਕਿਉਂਕਿ ਜੇ ਬਗਾਵਤ ਕੋਈ ਕਰਦਾ ਨਾ ਦੋ ਚੀਜ਼ਾਂ ਹੁੰਦੀਆਂ ਨੇ ਜਾਂ ਕਿਸੇ ਦੀ ਸ਼ਹਿ 'ਤੇ ਜਾਂ ਪੈਸੇ ਦੇ ਸਿਰ 'ਤੇ ਹੁਣ ਸ਼ਹਿ ਤਾਂ ਸਹੀ ਹੈ ਨਹੀਂ ਸੀ ਹੁਣ ਜਿਹੜਾ ਪੈਸਾ ਪੈਸਾ ਬੈਂਕ ਵੋਟ ਬੈਂਕ ਬਣ ਗਿਆ ਉਹ ਕਹਿੰਦੇ ਵੀ ਸਾਨੂੰ ਮਿਹਨਤ ਕਰਨ ਦੀ ਤਾਂ ਲੋੜ ਨਹੀਂ ਲੋਕ ਤਾਂ ਸਾਡੇ ਨਾਲ ਹੈਗੇ ਆ ਜਿਹੜਾ 25-26-27% ਲੋਕ ਘਰੇ ਬਹਿ ਗਏ ਉਹਨਾਂ ਦੇ ਵਿੱਚੋਂ ਜੇ 16% ਵੀ ਇਹਨਾਂ ਨਾਲ ਚੱਲ ਪਏ ਜਿਹੜਾ ਪੱਕਾ ਵੋਟ ਬੈਂਕ ਅਕਾਲੀ ਦਲ ਦਾ ਜਿਹਨਾਂ ਨੇ ਕਿਤੇ ਜ਼ਿੰਦਗੀ 'ਚ ਹੋਰ ਪਾਸੇ ਵੋਟ ਹੀ ਨਹੀਂ ਪਾਈ ਬਾਦਲ ਮਾੜਾ ਸੀ ਉਹ ਕਹਿੰਦੇ ਸਾਡੇ ਲਈ ਤਾਂ ਪੰਥ ਹੈ ਜੀ ਹੁਣ ਉਹ ਸਮਝ ਗਏ ਕਿ ਇਹ ਤਾਂ ਜਮਾਂ ਹੀ ਗਰਕ ਗਏ ਅਤੇ ਆਪਣੇ ਘਰੇ ਬਹਿ ਜਾਓ ਉਹ ਗਰਕੇ ਬੰਦਿਆਂ ਨੂੰ ਛੱਡ ਕੇ ਜਿਹੜਾ ਉਹ ਘਰੇ ਬਹਿ ਗਿਆ ਨਾ ਉਹਦੇ ਵਿੱਚੋਂ ਨਵਾਂ ਅਕਾਲੀ ਦਲ ਪੈਦਾ ਹੋਊਗਾ ਹੁਣ ਉਹ ਜਿਹੜਾ ਵੋਟ ਬੈਂਕ ਆ ਉਹ ਇੱਕ ਸਕੋਪ ਹੈ ਉਹ ਸਕੋਪ ਜਿਹੜੀ ਇੱਕ ਪਾਵਰ ਹੈ ਉਹਦੇ ਬੇਸ ਤੇ ਕੋਈ ਵੀ ਨਵੀਂ ਬਣ ਜਾਂਦਾ ਨਵਾਂ ਅਕਾਲੀ ਦਲ ਬਣੂਗਾ ਜੀ ਅਕਾਲੀ ਦਲ ਦੀ ਹਾਂ ਇਹਨੂੰ ਵਿਸਥਾਰ ਸਾਹਿਬ ਦੱਸੋ ਕਿ ਅਕਾਲੀ ਦਲ ਦੀ ਹੁਣ ਦਸ਼ਾ ਦਿਸ਼ਾ ਮੈਂ ਦੱਸ ਜਾਊਗੀ ਹੁਣ ਕੀ ਚੀਜ਼ ਆ ਪੰਜਾਬ ਦੀ ਸਿਆਸਤ ਦੇ ਵਿੱਚ ਨਾ ਤੁਸੀਂ ਪਹਿਲਾਂ ਤਾਂ ਸਾਰੇ ਜਿਹੜੇ ਵਿਊਅਰਸ ਨੇ ਇੱਕ ਧਿਆਨ ਰੱਖ ਲੈਣ ਕਿ ਜਦੋਂ ਮੈਂ ਕਿਤੇ ਅਕਾਲੀ ਦਲ ਵਰਡ ਯੂਜ਼ ਕਰਦਾ ਨਾ ਉਹ ਬਾਦਲਾਂ ਨਾਲ ਨਾ ਰਿਲੇਟ ਕਰੋ ਕਿਤੇ ਐਵੇਂ ਤੁਸੀਂ ਬੰਦ ਕਰਕੇ ਤੇ ਪਾਸੇ ਹੋ ਜਾਵੇ ਤਾਂ ਬਾਦਲਾਂ ਦੀ ਗੱਲ ਕਰਦਾ ਮੈਂ ਅਕਾਲੀ ਦਲ ਦੀ ਗੱਲ ਕਰ ਰਿਹਾ ਜੀ ਕਿੰਨੇ ਅਕਾਲੀ ਦਲ ਨੇ ਪੰਜਾਬ 'ਚ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ 1920 ਅਕਾਲੀ ਦਲ ਆਪਣਾ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਬਾਦਲ ਕਹਿ ਦਿੰਦੇ ਹਾਂ ਬੜੇ ਅਕਾਲੀ ਦਲ ਨੇ ਕਿਸੇ ਦੀਆਂ 10 ਵੋਟਾਂ ਕਿਸੇ ਦੀ 50 ਕਿਸੇ ਦੀ 100 ਕਿਸੇ ਦੀ 150 ਪਰ ਹਰ ਅਕਾਲੀ ਦਲ ਦਾ ਸਿੱਖ ਰਾਜਨੀਤੀ ਦੇ ਵਿੱਚ ਰੋਲ ਹੈਗਾ ਹਿਸਟੋਰੀਕਲੀ ਵੀ ਐਂਡ ਪਲੱਸ ਪ੍ਰੈਜੈਂਟ ਵੀ ਉਹਦੇ ਨਾਲ ਕੋਈ 50 ਬੰਦੇ ਤੁਰੇ ਆ 100 ਤੁਰੇ ਆ ਮੀਨਸ ਉਹਦੀ ਆਈਡੀਓਲੋਜੀ ਹੈਗੀ ਆ ਸੋ ਇਹਨੂੰ ਕਹਿੰਦੇ ਸਿੱਖ ਰਾਜਨੀਤੀ ਵੈਰੀ ਕਲੀਅਰ ਹੁਣ ਇਹਦੇ ਵਿੱਚ ਲਾਈਕ ਮਾਈਂਡਡ ਬੰਦੇ ਕਿਉਂਕਿ ਅਸਲ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਟੁੱਟਿਆ ਉਦੋਂ ਟੁੱਟ ਗਿਆ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਫੈਮਿਲੀ ਨੇ ਉਹਨੂੰ ਪੰਜਾਬੀ ਪਾਰਟੀ 'ਚ ਕਨਵਰਟ ਕਰਤਾ ਸੀ ਰਾਈਟ ਜਦੋਂ ਪੰਜਾਬੀ ਪਾਰਟੀ 'ਚ ਕਨਵਰਟ ਕਰਤਾ ਉਹ ਕਹਿੰਦੇ ਜੀ ਇਸ ਦਾ ਰਾਜਨੀਤੀ ਹੈਗਾ ਦੂਜੇ ਪਾਸੇ ਦੋ ਕੋਨਸਟੀਟਿਊਸ਼ਨ ਇਹਨਾਂ ਦੇ ਜਿਹੜੇ ਚੈਲੇਂਜ ਹੋਏ ਵੀ ਅਗਾਂਹ ਜਾਂਦੇ ਕਿਤੇ ਵੀ ਸ਼ਾਇਦ ਕੋਰਟ ਦੇ ਵਿੱਚ ਇਹਨਾਂ ਦੀ ਜਿਹੜੀ ਆ ਮਾਨਤਾ ਰੱਦ ਵੀ ਹੋ ਸਕਦੀ ਹੈ ਕੱਲ੍ਹ ਨੂੰ ਪਰ ਉਹ ਸਥਿਤੀਆਂ ਜਿਹੜੀਆਂ ਹੈਗੀਆਂ ਕਿ ਇਹਨਾਂ ਨੇ ਉੱਧਰ ਆ ਗਏ ਪਰ ਕਈ
ਅਕਾਲੀ ਦਲ ਜੇ ਸੀ ਸਿਰਫ ਨਿਰੋਲ ਸਿੱਖ ਰਾਜਨੀਤੀ ਕਰਦੇ ਸੀਗੇ, ਐਂਡ ਦੂਜੇ ਪਾਸੇ ਜਿਹੜਾ ਅਕਾਲੀ ਦਲ ਦੇ ਨਾਲ ਇੱਕ ਹਿੰਦੂ ਵੋਟ ਬੈਂਕ ਵੀ ਜੁੜਿਆ, ਉਹ ਵੀ ਜਿਹੜਾ ਇਹਦੇ 'ਚ ਆਊਗਾ ਜੋ ਮੈਨੂੰ ਲੱਗਦਾ। ਸੋ ਮੈਨੂੰ ਇਹ ਜੀ ਮੌਜੂਦਾ ਸਥਿਤੀ ਦੇ ਵਿੱਚ ਇਹ ਲੱਗਦਾ ਕਿ ਜੇਕਰ ਪੁਰਾਣੇ ਜਥੇਦਾਰ ਜਿਹਨਾਂ ਦਾ ਕਰਪਸ਼ਨ ਦੇ ਵਿੱਚ ਕਈ ਇਹੋ ਜਿਹੇ ਘਰੇ ਬੈਠੇ ਨੇ ਪਿਛਲੇ 20-20 ਸਾਲਾਂ ਤੋਂ, ਜਿਨ੍ਹਾਂ ਨੇ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ ਪਰ ਉਹ ਲਾਈਨ ਲਾਈਟ 'ਚ ਨਹੀਂ, ਉਹਨਾਂ 'ਤੇ ਕਰਪਸ਼ਨ ਦਾ ਕੋਈ ਨਹੀਂ ਹੈਗਾ, ਬੇਸ਼ੱਕ ਉਹਨਾਂ ਨੂੰ ਨਵੀਂ ਜਨਰੇਸ਼ਨ ਭੁੱਲ ਗਈ ਹੈ ਜਿਉਂਦੇ ਜਾਗਦਿਆਂ ਨੂੰ, ਉਹ ਉੱਠਣਗੇ ਰਾਈਟ। ਅੱਜ ਦੀ ਜਨਰੇਸ਼ਨ 'ਚ ਵੀ ਜਿਹੜਾ ਹੈਗਾ ਪੰਥ ਦੀ ਵੋਟ ਹੈਗੀ ਆ ਰਾਈਟ, ਉਹ ਇੱਕ ਮੰਚ 'ਤੇ ਇਕੱਠੀ ਹੋਊਗੀ। ਐਂਡ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਦਿਆਂ ਕਿ ਜਿੰਨੀ ਦੇਰ ਤੁਸੀਂ ਸਿੱਖ ਵਾਇਸ ਨਹੀਂ ਚੁੱਕੋਗੇ ਕੋਈ ਵੀ ਹੈ, ਉਹ ਪਾਰਟੀ ਕਾਮਯਾਬ ਨਹੀਂ ਹੋ ਸਕਦੀ। ਆਮ ਆਦਮੀ ਪਾਰਟੀ ਆਈ, ਉਹਦਾ ਉੱਡਣ ਦਾ ਕਾਰਨ ਕੀ ਹੋਇਆ ਉਹ ਹੁਣ ਆਪਾਂ ਛੱਡ ਹੀ ਦਿਓ, ਕਿਉਂਕਿ ਜਿਹੜੀ ਚੀਜ਼ ਖਤਮ ਹੋ ਗਈ ਉਹ ਕਾਰਨ ਬੜੇ ਨੇ, ਸਾਰਿਆਂ ਨੂੰ ਪਤਾ ਕੋਈ ਕਰਪਸ਼ਨ ਦੇ ਨੇ ਕੁਛ ਹੈ, ਐਂਡ ਸੈਕਿੰਡਲੀ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਵੀ ਸਿੱਖ ਰਾਜਨੀਤੀ ਹੁੰਦੀ ਕੀ ਆ, ਉਹ ਆ ਕੇ ਸਾਡੇ 'ਤੇ ਰਾਜਨੀਤੀ ਕਰਨ ਲੱਗ ਪਏ ਕਿ ਇਹਨਾਂ ਦਾ ਬੜਾ ਚੰਗਾ ਲੱਗਿਆ, ਹੌਲੀ ਹੌਲੀ ਲੋਕ ਸਮਝ ਗਏ। ਜੇ ਕੈਪਟਨ ਅਮਰਿੰਦਰ ਸਿੰਘ ਵੀ ਕਾਮਯਾਬ ਹੋਇਆ ਤਾਂ ਉਹ ਸਿੱਖ ਰਾਜਨੀਤੀ ਦੇ ਉੱਤੇ ਕਾਮਯਾਬ ਹੋਇਆ ਕਿ ਇਹਨੇ ਸਿੱਖ ਮੁੱਦਿਆਂ ਨੂੰ ਇੱਥੇ ਪੰਜਾਬ ਦੇ ਪਾਣੀਆਂ ਨੂੰ ਇੱਥੇ ਚੁੱਕਿਆ, ਆਹ ਚੀਜ਼ ਇੱਥੇ ਕੀਤੀ, ਐਂਡ ਇਹਨੇ ਉਹ ਆਰਡੀਨੈਂਸ ਜਿਹੜਾ ਸੀਗਾ ਰੱਦ ਕਰ ਦਿੱਤਾ ਜਿਹੜਾ ਪੰਜਾਬ ਦੇ ਪਾਣੀਆਂ ਨੂੰ ਬਾਹਰ ਭੇਜਦਾ ਸੀ, ਭਾਵੇਂ ਉਹ ਇੰਪਲੀਮੈਂਟ ਹੋਇਆ ਜਾਂ ਨਹੀਂ ਹੋਇਆ, ਪਰ ਵਿਧਾਨ ਸਭਾ ਦੇ ਵਿੱਚ ਜਿਹੜੀ ਇੱਕ ਮੁੱਦਾ ਇੱਕ ਚੀਜ਼ ਤੁਸੀਂ ਪਾਸ ਕਰਦੇ ਹੋ ਔਨ ਰੈਕਡ ਆ ਜਾਂਦੀ ਆ, ਉਹ ਮਿਟਾਈ ਨਹੀਂ ਜਾ ਸਕਦੀ, ਐਂਡ ਉਹ ਇਤਿਹਾਸ ਬਣ ਗਿਆ ਕਿ ਇਹਨੇ ਉਹ ਕੀਤਾ। ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਕਪੂਰੀ ਦੇ ਵਿੱਚ ਟੱਕ ਲਵਾਉਣ ਵੇਲੇ ਭਾਵੇਂ ਮੋਰਚਾ ਬਾਅਦ 'ਚ ਲਾਤਾ ਪਰ ਉਸ ਵਕਤ ਸਹਿਮਤੀ ਦਿੱਤੀ, ਉਹ ਵੀ ਇਤਿਹਾਸ ਦਾ ਅੰਗ ਬਣ ਗਿਆ, ਪਰ ਉਹ ਵਿਧਾਨ ਸਭਾ ਕਿਹੜੀ 'ਚ ਬਣਿਆ ਇਤਿਹਾਸ, ਉਹ ਵਿਧਾਨ ਸਭਾ ਇਤਿਹਾਸ ਬਣਿਆ ਹਰਿਆਣੇ ਦੀ 'ਚ, ਜਿੱਥੇ ਚੌਧਰੀ ਦੇਵੀ ਲਾਲ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਮੇਰਾ ਇੱਕ ਦੋਸਤ ਆ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦੇ ਨਾਲ ਮੈਂ ਗੱਲ ਕੀਤੀ ਅਤੇ ਤਾਂ SYL ਬਣ ਰਹੀ ਆ। ਸੋ ਉੱਥੇ ਰਿਕਾਰਡ ਦੇ ਵਿੱਚ ਚੱਲ ਰਹੀ ਆ, ਉੱਥੇ ਉਹ ਦੱਸਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੀ SYL ਦੇ ਵਿੱਚ ਸਹਿਮਤੀ ਸੀਗੀ, ਪਰ ਪੰਜਾਬ ਦੀ ਵਿਧਾਨ ਸਭਾ 'ਚ ਇਹ ਚੀਜ਼ ਦੱਸਦੀ ਆ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅਤੇ ਇੱਥੋਂ ਆਰਡੀਨੈਂਸ ਰੱਦ ਕੀਤਾ ਜੀ। ਹੁਣ ਤੁਸੀਂ ਗੱਲ ਕੀਤੀ ਧਰਮ ਦੀ, ਮਤਲਬ ਜੇ ਤੁਸੀਂ ਸਿੱਖਇਜ਼ਮ ਨੂੰ ਜਾਂ ਸਿੱਖ ਰਾਜਨੀਤੀ ਨੂੰ ਨਾਲ ਲੈ ਕੇ ਨਹੀਂ ਚੱਲੋਗੇ ਤਾਂ ਉਹਨਾਂ ਚਿਰ ਗੱਲ ਨਹੀਂ ਬਣਦੀ। ਹੁਣ ਅਸੀਂ ਇਹਨਾਂ ਮੁਲਕਾਂ 'ਚ ਜਿੱਥੇ ਬੈਠੇ ਹਾਂ ਇੱਥੇ ਧਰਮ ਅਤੇ ਰਾਜਨੀਤੀ ਹੈ ਹੀ ਅੱਡ ਅੱਡ ਟੋਟਲੀ, ਮੇਰੀ ਗੱਲ ਉਸ ਚੀਜ਼ ਨੂੰ ਥੋੜ੍ਹਾ ਜਿਹਾ ਦੇਖੋ, ਇਹ ਹੋਮਲੈਂਡ ਹੁੰਦਾ, ਤੁਸੀਂ ਜੇ ਇੱਥੇ ਠੀਕ ਹੈ ਰੈੱਡ ਇੰਡੀਅਨ ਜਿਹੜੇ ਇੱਥੋਂ ਦੇ ਰਹਿਣ ਵਾਲੇ ਹੋਰ ਆ, ਡੋਂਟ ਕੰਪੇਅਰ ਸਿੱਖਸ ਹੇਅਰ, ਵੀ ਆਰ ਮਾਈਗ੍ਰੈਂਟਸ, ਦਿਸ ਇਜ਼ ਨੋਟ ਅਵਰ ਹੋਮਲੈਂਡ। ਹੋਮਲੈਂਡ ਦਾ ਇੱਕ ਰੁਤਬਾ ਹਮੇਸ਼ਾ ਵੱਖਰਾ ਹੁੰਦਾ ਅਤੇ ਸਾਨੂੰ ਸਮਝ ਲੈਣਾ ਚਾਹੀਦਾ, ਇੱਥੋਂ ਦੇ ਜਿਹੜੇ ਬੰਦੇ ਨੇ ਉਹਨਾਂ ਲਈ ਪੋਲਿਸੀਆਂ ਹੈਗੀਆਂ ਨਾ, ਮੈਨੂੰ ਨਹੀਂ ਪਤਾ ਤੁਸੀਂ ਇਸ ਚੀਜ਼ ਨੂੰ ਨੋਟ ਕਰ ਲਿਓ, ਪਰ ਜਿੰਨਾ ਕੁ ਮੈਂ ਰਾਜਨੀਤੀ ਪੜ੍ਹੀ ਹੈ ਐਂਡ ਉਹਦੇ ਵਿੱਚ ਜੇਕਰ ਇਨਵੇਡਰਸ ਵੀ ਆਏ ਨੇ ਉਹ ਇਨਵੇਡਰਸ ਉੱਨੀ ਦੇਰ ਉੱਥੇ ਟਿਕ ਨਹੀਂ ਸਕੇ, ਰਾਜ ਨਹੀਂ ਕਰ ਸਕੇ, ਕੁਛ ਨਹੀਂ ਕਰ ਸਕੇ ਜਿੰਨੀ ਦੇਰ ਉਹਨਾਂ ਨੇ ਉੱਥੋਂ ਦੇ ਇਨਹੈਬੀਟੈਂਟਸ ਜਿਹੜੇ ਹੈਗੇ ਨੇ ਪੁਰਾਣੇ ਜਿਹੜੇ ਉੱਥੋਂ ਦੇ ਜੱਦੀ ਪੁਸ਼ਤੀ ਰਹਿਣ ਵਾਲੇ ਆ ਉਹਨਾਂ ਨੂੰ ਕੌਨਫੀਡੈਂਸ ਨਹੀਂ ਲਿਆ ਜਾਂ ਉਹਨਾਂ ਦੀ ਗੱਲ ਨਹੀਂ ਕੀਤੀ। ਉਹ ਭਾਵੇਂ ਪੰਜ ਨੇ, ਇੱਥੇ ਇੱਕ ਪੋਲੀਟੀਕਲ ਪਾਰਟੀ ਤੁਹਾਡੀ ਗੱਲ ਨਹੀਂ ਕਰ ਸਕਦੀ ਪਰ ਉਹਨਾਂ ਦੀ ਗੱਲ ਕਰੂਗੀ ਕਿਉਂਕਿ ਧਰਤੀ ਉਹਨਾਂ ਦੀ ਹੈ, ਧਰਤੀ ਉਹਨਾਂ ਦੀ ਹੈ। ਹੁਣ ਪਿੱਛੇ ਜੇ ਇਹ ਬਿਆਨ ਕਹਿ ਲਓ ਜਾਂ ਡਿਸਕਸ਼ਨ ਚਰਚਾ ਦੇ ਵਿੱਚ ਰਹੀ ਹੈ ਕੁਛ ਸਾਲ ਪਹਿਲਾਂ ਜਦੋਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਅਕਾਲੀ ਦਲ ਆ ਗਿਆ ਹੈ ਨਾ, ਤਾਂ ਉਹਨਾਂ ਨੇ ਇੱਕ ਇਸ ਤਰ੍ਹਾਂ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਧਰਮ ਨਿਰਪੱਖ ਪਾਰਟੀ ਹਾਂ। ਹੁਣ ਜਿਹੜੀ ਪਾਰਟੀ ਦਾ ਆਧਾਰ ਹੀ ਧਰਮ ਹੈ ਉਹ ਧਰਮ ਨਿਰਪੱਖ ਪਾਰਟੀ ਕਿਵੇਂ ਹੋ ਸਕਦੀ? ਮੈਂ ਤਾਂ ਸਿੱਧੀ ਗੱਲ ਕਰ ਸਕਦਾ, ਨੰਬਰ ਜਿਹੜੇ ਮੁੰਡੇ ਆਏ ਨੇ ਨਾ ਜੀ, ਉਹ ਮੁੰਡੇ ਆਏ ਨੇ ਅਕਾਲੀ ਦਲ 'ਚ ਜਿਨ੍ਹਾਂ ਨੇ ਮਾਈਨਿੰਗ ਕਰਨੀ ਸੀ, ਬੱਸਾਂ ਦੇ ਪਰਮਿਟ ਲੈਣੇ ਸੀ, ਡਾਂਗ ਸੋਟਾ ਫੇਰਨਾ ਸੀ, ਜਾਂ ਤੇਰੇ ਤੁਹਾਡੇ ਵਰਗੇ ਕੈਨੇਡਾ 'ਚ ਬੈਠੇ ਭਰਾਵਾਂ ਦੀ, ਜਿਹੜੇ ਤੁਸੀਂ ਕਿਹਾ ਵੀ ਮੈਂ ਜਿਵੇਂ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਪ੍ਰੋਗਰਾਮ ਤੋਂ ਪਹਿਲਾਂ ਹੀ, ਮੈਨੂੰ ਬੜਾ ਸਮਾਂ ਹੋ ਗਿਆ ਮੈਂ ਪੰਜਾਬ ਨਹੀਂ ਗਿਆ, ਅਤੇ ਹੁਣ ਕੀ ਹੋਣਾ ਉਹ ਬਰਾੜ ਨੂੰ ਭੁੱਲ ਜਾਣਗੇ ਵੀ ਬਰਾੜ ਦਾ ਜਿਹੜਾ ਭੰਗ ਜੜੀ ਪਿੰਡ ਆ ਵੀ ਇੱਥੇ ਕੋਈ ਸਾਡਾ ਆਹ ਘਰ ਵੀ ਹੁੰਦਾ ਸੀ ਜੀ, ਠੀਕ ਹੈ ਜ਼ਮੀਨ ਤੋਂ ਇੱਥੇ, ਉਹ ਮੁੜ ਕੇ ਕਹਿਣਗੇ ਵੀ ਇਹਨੇ ਤਾਂ ਆਉਣਾ ਨਹੀਂ, ਹੁਣ ਉਹ ਕਬਜ਼ਾ ਕਰ ਲਓ ਜੀ ਫਲਾਣੇ ਬੰਦੇ ਦਾ, ਕਹਿੰਦਾ ਕਾਗਜ਼ ਕੱਢ ਮਿੱਤਰਾ, ਜਾਂ ਕਈ ਦਲਾਲ ਇੱਥੇ ਭੇਜ ਦਿੰਦੇ ਨੇ, ਉਹ ਕੀ ਕਰਦੇ ਇੱਥੇ ਵੀ ਤੁਹਾਡੇ ਦਲਾਲ ਬੜੇ ਬੈਠੇ ਆ, ਉਹ ਲੀਡਰਾਂ ਨੂੰ ਫੁੱਲੇ ਬੁੱਕੇ ਬੱਕੇ ਦਿੰਦੇ ਨੇ, ਫਿਰ ਉਹ ਤੁਹਾਡੇ ਸਮੱਸਿਆਵਾਂ ਹੱਲ ਕਰਾਉਣ ਦੇ ਨਾਂ ਦੇ ਹੇਠਾਂ ਇੱਕ ਸੈਮੀਨਾਰ ਕਰਦੇ ਆ, ਉਹ ਫਿਰ ਉਹ ਤੁਸੀਂ ਅੰਦਰੋਂ ਬੁੜਕ ਪੈਂਦੇ ਹੋ ਜੀ ਮੇਰੀ ਫਲਾਨੀ ਥਾਣਾ 10 ਕਿੱਲੇ ਜ਼ਮੀਨ ਪ੍ਰਾਈਮ ਪਈ ਹੈ, ਉਹ ਫਲਾਨਾ ਦੱਬੀ ਬੈਠਾ ਗੱਲ ਕਰੋ, ਕਹਿੰਦਾ ਚੰਗਾ ਚੁੱਕਾ, ਉਹ ਫਿਰ ਉਹ ਸਮਝ ਕੇ ਵੀ ਆਹ ਪਈ ਹੈ, ਇਹਦਾ ਪਤਾ ਕਰੋ ਵੀ ਕਿਹੜਾ ਬੰਦਾ ਇਹਦੇ 'ਚ ਬੈਠਾ ਹੈ, ਫਿਰ ਉਹਦੇ ਜੂਤ ਮਾਰ ਕੇ ਆਪ ਦੇ ਥੱਲੇ ਕਰ ਲੈਂਦੇ ਜੀ। ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ,
ਮੋੜ ਕੇ 45 ਡਿਗਰੀ ਤੋਂ ਟਰਾਲੇ ਨੂੰ ਘੁਮਾ ਦਿੰਦੇ। ਬਲਾਈਂਡ ਸਪੌਟ ਵਾਲੇ ਪਾਸਿਓਂ ਲੈਂਦੇ ਪੰਗਾ, 53 ਫੁੱਟੇ ਨੂੰ ਸਵਾਰ ਕੇ ਬੈਕ ਲਗਾ ਦਿੰਦੇ। ਲੋੜ ਹੈ ਮਿਹਨਤੀ ਡਰਾਈਵਰ ਵੀਰਾਂ ਦੀ ਜੋ ਕੈਨੇਡਾ ਤੇ US ਦੀਆਂ ਲੇਨਾਂ ਤੇ ਟਰੱਕ ਚਲਾ ਸਕਣ। ਜੇਕਰ ਤੁਸੀਂ ਚੰਗੇ ਮੰਥਲੀ ਮਾਈਲਸ ਚਾਹੁੰਦੇ ਹੋ, ਨਵੇਂ ਡਰਾਈਵਰ ਹੋ ਜਾਂ ਐਕਸਪੀਰੀਅੰਸ ਓਨਰ ਆਪਰੇਟਰ, ਤਾਂ ਅੱਜ ਹੀ ਸਾਨੂੰ ਸੰਪਰਕ ਕਰੋ। ਬਾਈ ਮਿੰਟੂ ਬਰਾੜ ਨੂੰ ਅੱਜ ਹੀ ਫੋਨ ਕਰੋ। ਸਾਡਾ ਫੋਨ ਨੰਬਰ ਹੈ 204-898-4378। ਤੁਹਾਡੀ ਚੰਗੀ ਆਮਦਨ ਹੈ ਸਾਡਾ ਵਾਅਦਾ। SX ਫ੍ਰੇਟਵੇ ਵਿਨੀਪੈਗ, ਹਰ ਵੇਲੇ ਤੁਹਾਡੇ ਨਾਲ। ਪ੍ਰੋਫੈਸ਼ਨਲ ਕੁਆਲਿਟੀਜ਼ ਦੇ ਸ਼ੇਡਸ ਤੇ ਬਲਾਈਂਡਸ ਲੈ ਕੇ ਤੁਹਾਡੇ ਸ਼ਹਿਰ ਪਹੁੰਚ ਚੁੱਕਿਆ ਹੈ MK Window ਕਵਰਿੰਗ। ਸਾਡੇ ਸ਼ੇਡਸ ਤੇ ਵਿੰਡੋਜ਼ ਦੀਆਂ ਇੰਸਟਾਲੇਸ਼ਨਸ ਕੰਪਲੀਟਲੀ ਕਸਟਮਾਈਜ਼ੇਬਲ ਨੇ। ਕੋਟ ਲੈਣ ਵਾਸਤੇ ਸਾਨੂੰ ਅੱਜ ਹੀ ਸੰਪਰਕ ਕਰੋ 90-94-97-59-90 ਤੇ 9054-97-5990 ਤੇ। ਸਾਡਾ ਐਡਰੈਸ ਨੋਟ ਕਰ ਲਓ, ਯੂਨਿਟ ਨੰਬਰ 3, ਬਿਲਡਿੰਗ ਨੰਬਰ 240, ਕਲੀਅਰੈਂਸ ਸਟ੍ਰੀਟ, ਬ੍ਰੈਂਪਟਨ, ਓਨਟਾਰੀਓ। ਤੇ ਤੁਸੀਂ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ MKWindowCovering.com। ਹਾਂਜੀ, ਸਾਡੇ ਨਾਲ ਸੰਪਰਕ ਕਰੋ। ਪ੍ਰਾਈਡ ਟਰੱਕ ਸੇਲਸ, ਲਾਰਜੈਸਟ ਟਰੱਕ ਇਨਵੈਂਟਰੀ ਇਨ ਕੈਨੇਡਾ, ਜਿੱਥੇ ਹਰ ਤਰ੍ਹਾਂ ਦੇ ਟਰੱਕ ਤੇ ਉਹਨਾਂ ਦੇ ਮਾਡਲ ਸੇਲ ਕੀਤੇ ਜਾਂਦੇ ਹਨ। ਪ੍ਰਾਈਡ ਟਰੱਕ ਸੇਲਸ ਆਪਣੇ ਗ੍ਰਾਹਕਾਂ ਨੂੰ ਟਰੱਕ ਲੋਨ, ਟ੍ਰੇਲਰ ਲੋਨ ਤੇ ਕੰਸਟਰਕਸ਼ਨ ਇਕੁਇਪਮੈਂਟ ਫਾਈਨੈਂਸ ਵੀ ਮੁਹੱਈਆ ਕਰਾਉਂਦਾ ਹੈ। ਅੱਜ ਹੀ 500 ਓਕ ਪੁਆਇੰਟ ਹਾਈਵੇ ਵਿਨੀਪੈਗ ਆਓ ਤੇ ਆਪਣੇ ਪਸੰਦ ਦਾ ਟਰੱਕ ਲੈ ਕੇ ਜਾਓ। ਜਸਪ੍ਰੀਤ ਲੱਡ ਨੂੰ ਕਾਲ ਕਰੋ 204-795-5865 ਤੇ। ਵਾਧੂ ਜਾਣਕਾਰੀ ਲਈ ਕਾਲ ਕਰੋ 204-202-3131 ਤੇ ਜਾਂ ਵਿਜ਼ਿਟ ਕਰੋ www.pridetrucksales.com ਤੇ। ਪ੍ਰਾਈਡ ਟਰੱਕ ਸੇਲਸ, ਵਿਨੀਪੈਗ ਸ਼ਹਿਰ ਦਾ ਤੁਹਾਡਾ ਆਪਣਾ ਪ੍ਰਾਈਡ। ਟੱਚ ਸਨੋ ਨੂੰ ਕਰਕੇ ਆਈ ਹਵਾ ਚੀਰਦੀ ਜਾਵੇ, ਕਰਕੇ ਪਰਾਲੀ ਇਕੱਠੀ ਲਾਈ ਧੂਣੀ ਚੇਤੇ ਆਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਰਾਜਵੀਰ ਰਾਜਾ, ਤੁਸੀਂ ਦੇਖ ਰਹੇ ਹੋ ਵਿਨੀਪੈਗ ਹਲਚਲ। ਕੀਪ ਵਾਚਿੰਗ ਐਂਡ ਕੀਪ ਸਪੋਰਟਿੰਗ। ਜੇ ਤੁਸੀਂ ਮੋਰਗੇਜ ਦੀ ਭਾਲ ਵਿੱਚ ਹੋ, ਪਰਚੇਸ ਰੀਫਾਈਨਾਂਸਿੰਗ ਜਾਂ ਐਕੁਇਟੀ ਟੇਕ ਆਊਟ, ਫਰਸਟ ਸੈਕੰਡ ਮੋਰਗੇਜ, ਲਾਈਨ ਆਫ ਕ੍ਰੈਡਿਟ ਜਾਂ ਪ੍ਰਾਈਵੇਟ ਫੰਡਸ, ਬੈਡ ਕ੍ਰੈਡਿਟ ਹੋਵੇ, ਸੈਲਫ ਇੰਪਲੋਇਡ ਔਰ ਨਿਊ ਟੂ ਕੈਨੇਡਾ, ਤੁਸੀਂ ਸਤਨਾਮ ਸਿੰਘ ਨੂੰ ਮੋਰਗੇਜ ਬ੍ਰੋਕਰ ਨੂੰ ਕੰਟੈਕਟ ਕਰ ਸਕਦੇ ਹੋ 647-284-1313 647-284-1313 ਜੀ। ਹੁਣ ਜਦੋਂ ਤੁਸੀਂ NRIs ਦੀ ਗੱਲ ਕਰਦੇ ਨਾ, NRIs ਨੇ ਆਮ ਆਦਮੀ ਪਾਰਟੀ ਦਾ ਉਬਾਲ ਜਾ ਆਇਆ, ਲੋਕਾਂ ਨੇ ਮਿਲੀਅਨਸ ਆਫ ਡਾਲਰਸ ਹੈ ਜਿਹੜੇ ਡੋਨੇਟ ਕੀਤੇ, ਠੀਕ ਹੈ, ਪੜਾਕਾ ਪੈ ਗਿਆ, ਹੁਣ ਹੋਰ ਹੀ ਕੁਛ ਬਣ ਗਿਆ, ਪਾਰਟੀਆਂ ਦੋ ਬਣ ਗਈਆਂ, ਇੱਕ ਪਾਸੇ ਸੁਖਪਾਲ ਖਹਿਰਾ ਦੇ ਮਗਰ ਲੋਕ ਤੁਰ ਪਏ, ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਦੇ ਮਗਰ ਤੁਰ ਪਏ। ਹੁਣ ਜਿਹੜੀ ਉਹ ਸਪੋਰਟ ਸੀਗੀ ਉਹਦੇ ਵਿੱਚ NRIs ਦਾ ਬਹੁਤ ਵੱਡਾ ਰੋਲ ਸੀ, ਠੀਕ ਹੈ। ਅੱਜ NRI ਕਿੱਥੇ ਖੜੇ ਨੇ, ਅੱਜ ਉਹਨਾਂ ਦਾ ਰੋਲ ਕੀ ਹੈ? ਜਿਹੜਾ ਆਪਣਾ ਪੰਜਾਬ ਦੇ ਖੂਨ ਦੇ ਵਿੱਚ ਨਾ ਬਹੁਤ ਵੱਡੀ ਚੀਜ਼ ਆ, ਇਹ ਰੋਲ ਰਹਿਣਾ ਹੀ ਰਹਿਣਾ। ਅਸੀਂ ਨਾ ਆਪਣਾ ਕੋਈ ਸੱਜਣ ਮਿੱਤਰ ਜਿਹੜਾ ਬਾਹਰ ਹੋ ਜਾਣਾ ਦੂਰ, ਅਸੀਂ ਉਹਦੀ ਗੱਲ ਮੰਨਦੇ ਹਾਂ ਜੀ। ਐਂਡ ਉਹ ਵੀ ਕਹਿੰਦਾ ਵੀ ਜਦੋਂ ਪਿੰਡ, ਉਹ ਯਾਰ ਤੁਸੀਂ ਐਂ ਕਰ ਲੈਣਾ ਸੀ, ਤੁਸੀਂ ਐਂ ਕਰ ਲੈਣਾ ਸੀ ਵੀ ਇਹਦੀ ਸੁਣੋ, ਬਾਹਰ ਗਿਆ ਇਹ, ਬਾਹਰ ਗਿਆ, ਇੱਕੋ ਅਗਲਾ ਵੀ ਸਲਾਹ ਦੇ ਜਾਂਦਾ ਸੀ। ਹੁਣ ਕਈ ਵਾਰੀ ਤੁਹਾਡੇ ਸਰਾਊਂਡਿੰਗਸ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਐਡੀ ਇੰਪੋਰਟੈਂਟ ਚੀਜ਼ ਕੀ ਆ। ਬੜੇ ਇਗਜ਼ਾਮਪਲ ਦਿੰਦਾ ਤੁਹਾਨੂੰ ਮੈਂ, ਪਿੱਛੇ ਜੇ ਬੇਕਰ ਸਵੀਲ ਗਿਆ, ਇੱਕ ਬੰਦਾ ਕਹਿੰਦਾ ਭਾਅ ਜੀ ਮੈਨੂੰ ਤੁਹਾਡੇ ਨਾ ਰੇਡੀਓ ਚੈਨਲ ਦੀ ਬਹੁਤ ਵਧੀਆ ਖਾਸੀਅਤ ਆ, ਮੈਂ ਬਹੁਤ ਲਾਈਕ ਕਰਦਾ। ਮੈਂ ਕਿਹਾ ਜੀ ਕੀ ਖਾਸੀਅਤ ਆ? ਕਹਿੰਦਾ ਜੀ ਜਿੱਥੇ ਜੋ ਚੀਜ਼ ਹੁੰਦੀ ਆ ਉੱਥੋਂ ਦਾ ਰਿਪੋਰਟਰ ਤੁਸੀਂ ਲਾਈਵ ਲੈਂਦੇ ਹੋ, ਐਂਡ ਫਸਟ ਹੈਂਡ ਇਨਫੋਰਮੇਸ਼ਨ ਹੁੰਦੀ ਹੈ, ਐਂਡ ਕਰੈਕਟ ਹੁੰਦੀ ਹੈ। ਤੁਸੀਂ ਕਹਿੰਦਾ ਤੀਜੇ ਬੰਦੇ ਨਹੀਂ ਲੈਂਦੇ, ਮੇਰੇ ਜ਼ਿੰਦਗੀ 'ਚ ਹੀ ਨਹੀਂ ਮੈਨੂੰ ਯਾਦ ਸੀ, ਮੇਰੇ ਲਈ ਤਾਂ ਰੂਟੀਨ ਸੀ, ਬਿਕੋਜ਼ ਮੇਰਾ ਜਰਨਲਿਜ਼ਮ ਦਾ ਪਾਰਟ ਹੈ, ਐਂਡ ਇਟ ਵਾਜ਼ ਮਾਈ ਰੂਟੀਨ, ਆਈ ਨੈਵਰ ਥੋਟ ਵੀ ਇੱਕ ਖਾਸੀਅਤ ਹੈ। ਉਹ ਖਾਸੀਅਤ ਤੁਹਾਨੂੰ ਪਤਾ ਲੱਗੀ ਨਾ, ਜਿਹੜਾ ਦੂਰ ਬੰਦਾ, ਇਸੇ ਤਰ੍ਹਾਂ ਪਿੰਡ ਦੇ ਵਿੱਚ ਜਾਂ ਕਿਤੇ ਵੀ ਲੈ ਲਓ, ਸਾਡੀ ਕੋਈ ਵੀ ਚੀਜ਼ ਕਮੀ ਹੈ, ਖਾਸੀਅਤ ਹੈ, ਉਹ ਬਾਹਰਲੇ ਬੰਦੇ ਨੂੰ ਪਤਾ ਹੁੰਦਾ, ਬੰਦਾ ਬਾਹਰਲਾ ਨਹੀਂ ਹੁੰਦਾ, ਸਾਡੇ 'ਚੋਂ ਹੀ ਗਿਆ ਹੁੰਦਾ। ਸੋ ਦੂਜੀ ਗੱਲ ਸਾਡੀ ਇਹ ਵੀ ਕਾਤ, ਆਪਾਂ ਵਿਆਹ ਸ਼ਾਦੀ ਵੀ ਕਰਦੇ ਹਾਂ, ਧੀ ਪੁੱਤ ਦਾ ਰਿਸ਼ਤਾ ਕਰਦੇ ਹਾਂ, ਤਾਂ ਇੱਕ ਆਪਾਂ ਕਹਿੰਦੇ ਹਾਂ ਭਾਈ ਸਾਡਾ ਵੱਡਾ ਪ੍ਰਾਹੁਣਾ ਜਿਹਨੂੰ ਆਪਾਂ ਫੁੱਫੜ ਕਹਿ ਦਿੰਦੇ, ਵੱਡਾ ਪ੍ਰਾਹੁਣਾ ਤਾਂ ਘਰ ਦਾ ਉਹੀ ਹੁੰਦਾ, ਠੀਕ ਹੈ, ਪਰ ਫੁੱਫੜ ਦੀ ਜਿਵੇਂ ਆਪਣੇ ਪਿੰਡ ਵਾਲੇ ਕਹਿ ਦਿੰਦੇ, ਫੁੱਫੜ ਤਾਂ ਉਨੀ ਦੇਰ ਹੈ ਜਿੰਨੀ ਦੇਰ ਨਵਾਂ ਨਹੀਂ ਆਉਂਦਾ, ਠੀਕ ਹੈ, ਪਰ ਫਿਰ ਵੀ ਆਪਾਂ ਕਹਿੰਦੇ ਹਾਂ ਭਾਈ ਜਿਹੜਾ ਫੁੱਫੜ ਹੈ ਨਾ, ਭਾਵੇਂ ਰੁੱਸਣਾ ਹੀ ਹੁੰਦਾ, ਉਹਨੇ ਸਾਰਾ ਕੁਛ ਕਰਨਾ ਹੁੰਦਾ, ਅਤੇ ਇਹ ਵੀ ਕਹਿੰਦੇ ਹਾਂ ਕਿ ਵਿਆਹ 'ਚ ਖਲਲ ਵੀ ਪਾਊਗਾ, ਪਰ ਫਿਰ ਵੀ ਉਹਦੀ ਇੱਜ਼ਤ, ਮਾਣ, ਸਤਿਕਾਰ, ਚੰਗਾ ਨਵਾਂ ਬਿਸਤਰਾ, ਠੀਕ ਹੈ, ਸੋਹਣੇ ਨੂੰ ਕੱਪੜਾ,
ਮੱਥਾ ਪਾਣੀ ਉੱਤੇ ਇੱਕ ਲਾਗੀ ਵੀ ਛੱਡਦੇ ਆ ਪ੍ਰਾਹੁਣਾ ਨਾ ਰੁੱਸਾ ਜੇ ਠੀਕ ਹੈ ਸਵਾਦ ਫਿਰ ਉਹ ਕਹਿੰਦਾ ਵੀ ਨਾ ਆਹ ਕਾਰ ਨੀ ਤੂੰ ਇਹਦੇ ਜਾਣਾ ਉਹ ਕਹਿੰਦਾ ਵੀ ਠੀਕ ਹੈ ਮੰਨਦੇ ਆ ਨਾ ਗੱਲ ਤੂੰ ਵੀ ਉਹ ਕਿਉਂ ਕਰਦਾ ਉਹਨੂੰ ਐਂ ਹੁੰਦਾ ਵੀ ਸਹੁਰਿਆਂ 'ਤੇ ਮੇਰਾ ਹੱਕ ਹੈ ਉਹ ਭਾਵੇਂ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਪਿਆਰ ਨਾਲ ਵੀ ਕਹਿ ਸਕਦਾ ਉਹ ਫਿਰ ਕਹਿੰਦਾ ਮੈਂ ਫੁੱਫੜ ਹੈ ਮੈਂ ਘਰ ਦਾ ਜਵਾਈ ਹੈ ਐਂ ਕਰਾਊਂਗਾ ਸੋ ਇਹ ਚੀਜ਼ ਜਿਹੜੀ ਗੱਲ ਹੈ ਨਾ ਇਵੇਂ ਪੇਕੇ ਹੁੰਦੇ ਆ ਜਿਹੜੀ ਭੂਆ ਹੁੰਦੀ ਹੈ ਉਹ ਵੀ ਕਹਿੰਦੀ ਹੈ ਵੀ ਭਾਈ ਮੇਰੇ ਪੇਕੇ ਹੈ ਮੇਰੇ ਪਿਓ ਦਾ ਘਰ ਹੈ ਮੇਰ ਹੈ ਸੋ ਜਿਹੜਾ ਸਾਡੇ NRI ਹੈ ਨਾ ਇਹਨਾਂ ਦਾ ਪੇਕਿਆਂ ਦੇ ਵਿੱਚ ਇੱਕ ਮੇਰ ਹੈ ਇਹ ਜਾਣਾ ਨਹੀਂ ਇਹ ਉੱਨੀ ਦੇਰ ਨਹੀਂ ਜਾਣਾ ਜਿੰਨੀ ਦੇਰ ਤੁਸੀਂ ਉਹੀ ਬਰਥ ਪਲੇਸ ਜਿਹੜੀ ਜਨਰੇਸ਼ਨ ਜਿਵੇਂ ਹੁਣ ਤੁਹਾਨੂੰ ਮੋਟੀ ਗੱਲ ਕਰਦਾ ਇੱਥੋਂ ਦੀ ਗੱਲ ਸੈਪਰੇਟ ਲੈ ਲਓ ਜਿਵੇਂ ਰਾਜਸਥਾਨ ਵਾਲੇ ਸਿੱਖ ਨੇ ਆਪਣੇ ਜੱਟ UP ਵਾਲੇ ਨੇ ਇੱਥੋਂ ਦੇ ਨੇ ਹਰਿਆਣੇ ਵਾਲੇ ਨੇ ਵਪਾਰੀ ਸਿੱਖ ਕੱਢ ਦਿਓ ਖੇਤੀ ਵਾਲੇ ਸਿੱਖਾਂ ਦੀ ਗੱਲ ਕਰਦਾ ਹੁਣ ਪੁਰਾਣੇ ਬਾਬੇ ਬੁੜੇ ਸੀ ਉਹਨਾਂ ਦੇ ਤਾਂ ਸਹੁਰੇ ਇੱਥੇ ਸੀ ਫਿਰ ਜਵਾਕਾਂ ਦਾ ਕੋਈ ਦੂਜਾ ਵਿਆਹ ਲਿਆ ਤੀਜਾ ਹੁਣ ਜਨਰੇਸ਼ਨ ਇਹ ਆ ਗਈ UP ਵਾਲੇ UP ਕਰੀ ਜਾਂਦੇ ਆ ਰਾਜਸਥਾਨ ਵਾਲੇ ਰਾਜਸਥਾਨ ਕਰੀ ਜਾਂਦੇ ਹਰਿਆਣੇ ਵਾਲੇ ਹਰਿਆਣੇ ਕਰੀ ਜਾਂਦੇ ਆ ਆਪਣੇ ਇਲਾਕੇ ਦੇ ਵਿੱਚੋਂ ਅੱਜ ਤੋਂ 15-20 ਸਾਲ ਪਹਿਲਾਂ ਆਪਾਂ 2-4 ਵਿਆਹ ਸਾਲ ਦੇ ਵਿੱਚ 5 ਵਿਆਹ ਰਾਜਸਥਾਨ ਜਾ ਵੜਦੇ ਸੀ 4-5 ਜੰਨਾਂ ਇੱਧਰ ਆ ਜਾਂਦੀਆਂ ਸੀ 3-4 ਜੰਨਾਂ ਉੱਧਰ ਜਾ ਵੜਦੀਆਂ ਸੀ ਪਰ ਪਿਛਲੇ 10 ਸਾਲਾਂ ਤੋਂ ਬਰਾੜ ਸਾਹਿਬ ਨਾ ਮੈਂ ਰਾਜਸਥਾਨ ਵਿਆਹ ਗਿਆ ਨਾ ਰਾਜਸਥਾਨ ਦੀ ਕੋਈ ਜੰਨ ਮੈਂ ਦੇਖੀ ਅਤੇ ਨਾ ਰਾਜਸਥਾਨ ਆਪਾਂ ਸਾਰੇ ਜਾਂਦੇ ਰਹੇ ਛੋਟੇ ਹੁੰਦੇ ਰਾਜਸਥਾਨ ਹੁਣ ਉਹ ਚੀਜ਼ ਕੀ ਹੋ ਗਈ ਉਹ ਜਨਰੇਸ਼ਨ ਬਦਲ ਗਈ ਨਾ ਉਹਨਾਂ ਦਾ ਪੰਜਾਬ ਨਾਲ ਪਿਆਰ ਉੱਨੀ ਦੇਰ ਹੀ ਰਿਹਾ ਜਿੰਨੀ ਦੇਰ ਉਹਨਾਂ ਦੇ ਬਾਬੇ ਜੀਵਦੇ ਸੀ ਪਹਿਲੀ ਜਨਰੇਸ਼ਨ ਰਾਈਟ ਸੋ ਇੱਥੇ ਕੀ ਚੀਜ਼ ਹੈ ਅਸੀਂ ਮਾਈਗ੍ਰੇਟ ਹੋ ਕੇ ਆ ਰਹੇ ਹਾਂ ਪਰ ਤੁਹਾਡੇ ਬੱਚਿਆਂ ਦਾ ਪਿਆਰ ਤਾਂ ਸ਼ਾਇਦ ਪੰਜਾਬ ਨਾਲ ਰਹਿ ਜੇ ਉਹਨਾਂ ਦੇ ਬੱਚਿਆਂ ਦਾ ਨਹੀਂ ਰਹਿਣਾ ਪਰ ਹੁਣ ਜਿਹੜੀ ਹੁਣ ਫਿਰ ਨਵੀਂ ਆਊਗੀ ਜਿਹੜੀ ਇਮੋਸ਼ਨਲ ਅਟੈਚਮੈਂਟ ਹੈ ਕਿ ਇਹ ਇੰਨਾ ਇੰਪੈਕਟ ਪਾਊਗੀ ਕਿ ਉੱਥੇ ਸਰਕਾਰ ਬਦਲ ਦੇ ਵਿੱਚ ਜਾਂ ਬਣਾਉਣ ਵਿੱਚ ਕੋਈ ਰੋਲ ਹੋ ਸਕਦਾ NRI ਇਹਦੇ ਲਈ ਨਾ ਮੈਂ ਇੱਕ ਬੜੀ ਤੁਹਾਨੂੰ ਵਧੀਆ ਗੱਲ ਦੱਸਾਂ NRI ਦਾ ਗਲਤੀ ਕੀ ਕਹਿੰਦਾ ਮੈਂ ਕਸੂਰ ਨਹੀਂ ਕਹਿੰਦਾ ਤੁਸੀਂ ਕਿਹਾ ਵੀ ਇੰਨੀ ਡੋਨੇਸ਼ਨ ਦਿੱਤੀ ਹੋਰ ਦਿੱਤਾ ਜੇ ਦਿੱਤਾ ਦੁੱਧ ਦੇ ਵਾਲੇ ਨੂੰ ਨਾ ਉਹ ਕੱਢ ਜਿਹੜਾ ਹੁੰਦਾ ਨਾ ਦੋ ਤਰ੍ਹਾਂ ਦੇ ਦੁੱਧ ਚੀਜ਼ਾਂ 'ਚ ਉਬਾਲਦੇ ਹਾਂ ਆਪਾਂ ਇਹ ਜਿਹੜੀਆਂ ਆਪਣੀਆਂ ਮਾਤਾਵਾਂ ਨੇ ਨਾ ਭੈਣਾਂ ਨੇ ਵੱਡੀਆਂ ਉਮਰ ਦੀਆਂ ਉਹ ਸਮਝ ਜਾਣਗੀਆਂ ਇਸ ਚੀਜ਼ ਨੂੰ ਉਹ ਕੀ ਚੀਜ਼ ਹੁੰਦਾ ਇੱਕ ਆਪਾਂ ਧਾਮੇ ਦੇ ਵਿੱਚ ਦੁੱਧ ਗਰਮ ਕਰਦੇ ਹਾਂ ਗੈਸ 'ਤੇ ਰੱਖਦਾ ਇੱਕ ਹਾਰੇ 'ਚ ਰੱਖ ਦਿੰਦੇ ਹਾਂ ਧਾਮੇ ਵਾਲਾ ਤਾਂ ਉਬਲਦਾ ਅਤੇ ਸਾਰਾ ਘਰ ਨੂੰ ਗੰਦਾ ਕਰ ਦਿੰਦਾ ਭਜਦੇ ਹਾਂ ਆਪਾਂ ਉਹਦੇ ਉੱਤੇ ਖੜ ਕੇ ਵਾਲਾ ਦੇਣਾ ਪੈਂਦਾ ਅਤੇ ਜਿਹੜਾ ਕਾਢ ਹਾਰੇ ਵਾਲਾ ਹੁੰਦਾ ਉਹ ਥੋੜ੍ਹਾ ਜਿਹਾ ਵੇਖ ਲੈਂਦੀਆਂ ਅਤੇ ਚੱਪਣ ਟੇਢਾ ਕਰ ਦਿੰਦੀਆਂ ਅਤੇ ਸਾਰਾ ਦਿਨ ਉਬਲੀ ਜਾਂਦਾ ਕਿਤੇ ਉਹਦਾ ਵਾਲਾ ਆਇਆ ਬਾਹਰ ਨਿਕਲਿਆ ਨਹੀਂ ਆਇਆ ਰਾਈਟ ਹੁਣ ਉਹ ਗੱਲ ਹੈ ਕਿ ਤੁਸੀਂ ਜਿਹੜਾ ਨਾ ਉਹ ਧਾਮੇ ਵਾਲੇ ਦੁੱਧ ਦਾ ਵਾਲ ਦੇਖ ਲਿਆ ਕਾਢਣੀ ਵਾਲਾ ਦੇ ਕੰਨੀ ਨਹੀਂ ਗਏ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਬੰਦਾ 10 ਸਾਲ ਕੰਮ ਨਹੀਂ ਨਾ ਕਰਦਾ ਨਵਾਂ ਬੰਦਾ ਕੋਈ ਵੀ ਉੱਨੀ ਦੇਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਤਬਦੀਲ ਨਹੀਂ ਆਉਣਾ ਨਵੀਂ ਸੋਚ ਪੈਦਾ ਕਰਨੀ ਪੈਣੀ ਹੈ ਸਮਾਂ ਲੱਗੂਗਾ ਇਮਰਾਨ ਖਾਨ ਵੀ ਬਣਿਆ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਬੰਦਾ ਮਮਤਾ ਬੈਨਰਜੀ ਬਣੀ ਹੈ ਜੇ ਪਹਿਲੇ ਦਿਨ ਹੀ ਤੁਸੀਂ ਇਹ ਸੋਚ ਲਓ ਕਿ ਮੈਂ ਤਾਂ ਜੀ ਤੁਸੀਂ ਹੁਣ ਕੋਈ ਵਪਾਰ ਸ਼ੁਰੂ ਕਰਦੇ ਹੋ ਕੁਛ ਵੀ ਕਰਦੇ ਹੋ ਜਿਵੇਂ ਰੈਸਟੋਰੈਂਟਸ ਦਾ ਇੱਕ ਬੜਾ ਵਧੀਆ ਐਗਜ਼ਾਮਪਲ ਦਿੰਦਾ ਜਿਹੜੇ ਬੰਦੇ ਰੈਸਟੋਰੈਂਟਸ ਕੰਮ ਕਰਦੇ ਮੈਂ ਖਾਣ ਪੀਣ ਦਾ ਸ਼ੌਕੀਨ ਹਾਂ ਜਿਵੇਂ ਨਵਾਂ ਰੈਸਟੋਰੈਂਟ ਖੁੱਲ੍ਹਿਆ ਮੈਂ ਜਾਊਂਗਾ ਅਤੇ ਉਹਦਾ ਟੇਸਟ ਕਰੂੰਗਾ ਫਿਰ ਮੈਂ ਦੇਖੂੰਗਾ ਕਿ ਇਹਦਾ ਟੇਸਟ ਕੰਪੇਅਰ ਕਰੂੰਗਾ ਜੇ ਮੈਂ ਦੂਜੀ ਵਾਰੀ ਆਉਣਾ ਤਾਂ ਇਹ ਸਮਝ ਲਓ ਕਿ ਇਹ ਗਾਹਕ ਪੱਕੇ ਵੱਲ ਤੁਰ ਰਿਹਾ ਜੇ ਤੀਜੀ ਵਾਰੀ ਚਲਾ ਗਿਆ ਤਾਂ ਗਾਹਕ ਪੱਕਾ ਬਣ ਗਿਆ ਠੀਕ ਹੈ ਇਹ ਨਵੀਂ ਪਾਰਟੀ ਸੀ ਪੰਜਾਬ ਬਿਮਾਰ ਹੈ ਲੋਕ ਇੱਧਰ ਤੁਰੇ ਲੋਕਾਂ ਨੇ ਪਹਿਲਾਂ ਇਕੱਠਾਂ ਦਾ ਟੇਸਟ ਦੇਖ ਲਿਆ ਬਾਅਦ 'ਚ ਵੇਖਿਆ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਇਹਨਾਂ ਦੀ ਆਈਡੀਓਲੋਜੀ ਕੁਛ ਨਹੀਂ ਤਾਂ ਉਹੋ ਜਿਹੀ ਨਹੀਂ ਤਾਂ ਲੋਕ ਪਿੱਛੇ ਹਟ ਗਏ ਹੁਣ ਦੇਖੋ ਹਿਸਟਰੀ ਚਾਹੀਦੀ ਹੈ ਜਿਹੜਾ ਲੀਡਰ ਤੁਸੀਂ ਕਹਿੰਦੇ ਜਿਹੜਾ ਅੱਜ ਲੀਡ ਕਰੂਗਾ ਜਾਂ ਪੰਜਾਬ ਨੂੰ ਕਿਸੇ ਪਾਸੇ ਲੈ ਕੇ ਜਾਊਗਾ ਉਹਦੇ ਪਿਛਲੇ 10 ਸਾਲ ਦਾ ਕੰਸਿਸਟੈਂਟ ਨੋ 10 ਸਾਲ ਵੀ ਛੱਡ ਦਿਓ ਅੱਜ ਨਵਾਂ ਪੈਦਾ ਕਰ ਲਓ ਜੀ 10 ਸਾਲਾਂ ਲਈ ਨੂੰ ਛੱਡ ਦਿਓ ਜੀ ਮੈਂ ਕੰਮ ਕਰ ਰਿਹਾ ਜੀ ਮੈਂ ਲੀਡਰ ਨਹੀਂ ਕਰ ਰਿਹਾ ਮੈਂ ਪੋਲਿਟਿਕਸ ਨਹੀਂ ਕਰ ਰਿਹਾ ਮੈਂ ਲੀਡਰ ਪੈਦਾ ਕਰ ਰਿਹਾ ਜੀ 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 ਮੈਂ 18 ਸਾਲ ਦੇ ਬੱਚਿਆਂ ਨਾਲ ਗੱਲ ਕਰਦਾ ਅਵੇਅਰਨੈਸ ਅਵੇਅਰਨੈਸ ਵੀ ਯੈਸ ਯੂ ਹੈਵ ਟੂ ਗੈਟ ਇਨ ਟੂ ਪੋਲਿਟਿਕਸ ਇਫ ਯੂ ਵਾਂਟ ਟੂ ਸਰਵਾਈਵ ਤੁਹਾਡੇ ਇੱਥੇ ਰਹੇ ਬਿਨਾਂ ਜੇ ਤੁਸੀਂ ਵਾਕਿਆ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਜੇ ਅਸੀਂ 10 ਸਾਲਾਂ ਨੂੰ ਪੰਜਾਬ ਦੇ ਵਿੱਚ 5,000 ਪੰਚਾਇਤ ਮੈਂਬਰ ਵੀ ਬਣਾ ਲਿਆ 70-75,000 ਪੰਚਾਇਤ ਮੈਂਬਰ ਹੈ ਹੋ ਸਕਦਾ 80,000 ਵੀ ਹੋਵੇ ਕਈ ਪਿੰਡਾਂ 'ਚ ਟੋਟਲ ਮਿਲਾ ਲਈਏ ਤਾਂ ਉਹਦੇ ਵਿੱਚੋਂ ਮੈਂ 5,000 ਪੰਚਾਇਤ ਮੈਂਬਰ ਸੋਚਦਾ ਕਿਸੇ 'ਚ ਜੇ 2,000-12,000 ਪਿੰਡ ਹੈ 12,500 ਦੇ ਵਿੱਚੋਂ ਪਹਿਲਾਂ ਹੀ ਮੈਂ 40% ਦੇ ਕਰ ਰਿਹਾ 40% ਮੇਰਾ ਟਾਰਗੇਟ ਆ ਉਹਦੇ 30 ਪਿੰਡਾਂ ਦੇ ਵਿੱਚ ਵੀ ਬਣ ਗਏ ਤਾਂ ਮੈਂ ਇਹ ਸੋਚਦਾ ਕਿ ਪੰਜਾਬ ਦੇ 30% ਪਿੰਡਾਂ ਦੇ ਵਿੱਚ ਇੱਕ ਨਵੀਂ ਸੋਚ ਪੈਦਾ ਹੋ ਗਈ ਨਵੇਂ ਲੀਡਰ ਪੈਦਾ ਹੋ ਗਏ ਉਹ ਫਿਰ ਪੰਚਾਇਤ ਮੈਂਬਰ ਵੀ ਤਾਂ ਲੀਡਰ ਹੈ ਨਾ ਉਹ ਸਰਪੰਚ ਵੀ ਤਾਂ ਲੀਡਰ ਹੈ ਨਾ ਇਕੱਲਾ ਉੱਤੋਂ ਵਾਲਾ ਲੀਡਰ ਨਹੀਂ ਹੁੰਦਾ ਉਹ ਹੇਠੋਂ ਜਦੋਂ ਤੁਰਨਗੇ ਸਮਾਂ ਲੱਗੂਗਾ ਕਾਹਲ ਨਾ ਕਰੋ ਜਦੋਂ ਅਸੀਂ ਕਾਹਲ ਕਰਦੇ ਹਾਂ ਨਾ
ਹਤਾਸ਼ ਹੋ ਜਾਂਦੇ ਹਾਂ, ਥੱਕ ਜਾਂਦੇ ਹਾਂ। ਦੇਖੋ ਪੰਜਾਬ ਵੇਟ ਕਰ ਲੂਗਾ, ਅਸੀਂ ਸਾਰੇ ਵੇਟ ਕਰ ਲਾਂਗੇ, ਪੰਜਾਬ ਦੇ ਲੋਕ ਵੇਟ ਕਰ ਲੈਣਗੇ, ਵੋਟਾਂ ਨੇ ਵੇਟ ਨਹੀਂ ਕਰਨੀ। ਜਿਹੜੀ ਮੈਂ ਕਹੀ ਆ, ਨਹੀਂ 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 ਇਲੈਕਸ਼ਨ ਹੋਣੀ ਆ। ਦੇਖੋ ਮੇਰੀ ਗੱਲ, ਤੁਸੀਂ ਇਹ ਦੱਸੋ ਕਿ ਅੱਜ ਕੋਈ ਚਿਹਰਾ ਤੁਹਾਨੂੰ ਦਿਸਦਾ? ਦੇਖੋ ਇਹ ਸਮੇਂ ਦੇ ਤੁਹਾਨੂੰ ਮੈਂ ਦੱਸਦਾ ਨਾ ਜਿਹੜਾ ਲੀਡ ਕਰ, ਮੈਂ ਦੱਸਦਾ ਕੁਛ ਨਹੀਂ ਹੁੰਦਾ, ਇਹ ਬੜਾ ਸਾਨੂੰ ਡਰ ਹੁੰਦਾ, ਮੈਨੂੰ ਨਹੀਂ ਡਰ ਲੱਗਦਾ ਜੀ। ਸਥਿਤੀਆਂ ਲੀਡਰ ਪੈਦਾ ਕਰ ਦਿੰਦੀਆਂ ਨੇ, ਸਥਿਤੀਆਂ ਰਾਜਨੀਤਿਕ ਹਾਲਾਤ ਪੈਦਾ ਕਰ ਦਿੰਦੇ ਨੇ, ਰਾਜਨੀਤਿਕ ਹਾਲਾਤਾਂ ਤੋਂ ਸਥਿਤੀਆਂ ਪੈਦਾ ਹੋ ਜਾਂਦੀਆਂ ਨੇ। ਘਰ ਦਾ ਜਿਵੇਂ ਕਹਿੰਦਾ ਸਾਡੇ ਆਮ ਪਿੰਡ ਵਾਲਿਆਂ ਦੀ ਆਦਤ ਹੁੰਦੀ ਆ, ਬਾਪੂ ਉੱਨੀ ਦੇਰ ਚਾਬੀ ਨਹੀਂ ਫੜਾਉਂਦਾ, ਜਵਾਕਾਂ ਨੂੰ ਗਾਲਾਂ ਕੱਢੀ ਜਾਂਦਾ, ਕੰਜਰੋ ਜੇ ਮੈਂ ਮਰ ਗਿਆ ਤੁਹਾਡਾ ਕੱਖ ਨਹੀਂ ਬਣਨਾ, ਤੁਹਾਨੂੰ ਪਿੰਡ 'ਚ ਕਿਸੇ ਨੇ ਮੰਗਿਆ ਪਾਣੀ ਨਹੀਂ ਦੇਣਾ, ਤੁਹਾਨੂੰ ਪਿੰਡੋਂ ਕੱਢ ਦੇਣਗੇ, ਫਲਾਨਾ ਕਰ ਦੇਣਗੇ। ਪਰ ਜਦੋਂ ਬਾਪੂ ਨੂੰ ਸਿਵਿਆਂ 'ਚ ਪੂਕ ਆਉਣ, ਘਰ ਚੱਲੀ ਜਾਂਦਾ, ਚੱਲੀ ਜਾਂਦਾ ਜੀ। ਪਰ ਡਾਵਾਂਡੋਲ ਹੋ ਸਕਦਾ ਨਹੀਂ, ਦੋ ਤਿੰਨ ਦਿਨ, ਦੋ ਤਿੰਨ, ਉਹ ਵੀ ਜੇ ਬਾਪੂ ਕੁਛ ਦੱਸ ਕੇ ਨਹੀਂ ਆਉਂਦਾ ਜੀ ਵੀ ਭਾਈ ਫਲਾਨੇ ਨੂੰ ਤੋਂ ਲੈਣੇ ਆ, ਦੇਣ ਵਾਲੇ ਤਾਂ ਤੁਹਾਡੇ ਦਰਾਂ 'ਚ ਖੜ ਜਾਣਗੇ, ਲੈਣ ਵਾਲਾ ਘਰੇ ਬਹਿ ਜੂਗਾ, ਉੱਥੇ ਡਾਵਾਂਡੋਲ ਹੁੰਦਾ ਜੀ। ਉਹ ਸਥਿਤੀ ਜਿਹੜੀ ਹੈਗੀ ਹੈ ਕਿ ਇੱਕ ਵਾਰੀ ਠੀਕ ਹੈ, ਸਥਿਤੀਆਂ ਆਉਣਗੀਆਂ, ਲੀਡਰ ਆਉਣਗੇ, ਨਵਾਂ ਅਕਾਲੀ ਦਲ ਦੀ ਮੈਂ ਗੱਲ ਕੀਤੀ ਹੈ, ਸ਼ਾਇਦ ਅਕਾਲੀ ਦਲ ਹੀ ਆ ਜੇ ਪਾਰ 'ਚ ਜੀ, ਮਾਈਨਸ ਬਾਦਲ। ਸੋ ਤੁਹਾਡੇ ਕਹਿੰਦਾ ਮਤਲਬ ਅਕਾਲੀ ਦਲ ਤੁਸੀਂ ਕਹਿ ਲਓ, ਜਿਵੇਂ ਆਪਾਂ ਡਿਫਾਲਟ ਸੈਟਿੰਗ ਕਰ ਦਿੰਦੇ ਕੰਪਿਊਟਰ ਦੀ, ਵੀ ਉਹ ਬਟਨ ਨੱਪ ਤੇ ਰੀਫਰੈਸ਼ ਕਰਤਾ, ਪੁਰਾਣਾ ਡੇਟਾ ਉੱਡ ਗਿਆ, ਹੋ ਸਕਦਾ ਇੱਕ ਨਵਾਂ ਅਕਾਲੀ ਦਲ ਹੀ ਬਣ ਜਾਏ ਜਿਹਦਾ ਕੋਈ ਨਵਾਂ ਹੀ ਪ੍ਰਧਾਨ, ਇਨ ਦਾ ਸੈਂਸ ਵੀ ਵੱਡੀ ਉਮਰ ਪ੍ਰਧਾਨਗੀ ਉਹਦੇ ਕੋਲ ਨਵੀਂ ਆਊਗੀ, ਇਸ ਤਰ੍ਹਾਂ ਦਾ ਸਿਨੈਰੀਓ। ਕਿਉਂਕਿ ਇਹਦਾ ਦੇਖੋ ਬ੍ਰਾਟ ਸਾਹਿਬ, ਪੋਲੀਟੀਕਲ ਪਾਰਟੀ ਇਜ਼ ਨਾਟ ਅ ਫਨ, ਗੁੱਡੇ ਗੁੱਡੀ ਦਾ ਵਿਆਹ ਨਹੀਂ ਹੈਗਾ ਜੀ, ਜਿਹੜਾ ਅਸੀਂ ਸਮਝੀ ਜਾਂਦੇ ਆਮ ਲੋਕ। ਮੈਂ ਤਿੰਨ ਸਵਾਲ ਹੀ ਤੁਹਾਨੂੰ ਗੱਲਾਂ ਦੱਸਦਾ। 117 ਕੰਸਟੀਟੂਐਂਸੀਜ਼, ਹਾਂਜੀ, ਤਾਂ ਸਮਝੋ ਤੁਹਾਨੂੰ 117 ਕੈਂਡੀਡੇਟ ਚਾਹੀਦੇ ਨੇ ਜਿਹੜੇ ਲੜਨਗੇ, ਲੜਨਗੇ ਹਰ ਕੰਸਟੀਟੂਐਂਸੀ ਦੇ ਵਿੱਚ ਔਨ ਐਨ ਐਵਰੇਜ 100 ਬੂਥ, ਜਦੋਂ ਵੋਟਾਂ ਪੈਂਦੀਆਂ, ਵੋਟਾਂ ਪੈਂਦੀਆਂ 200 ਬੰਦਾ ਉਹ ਚਾਹੀਦਾ ਤੁਹਾਨੂੰ, ਰਾਈਟ? ਕਿੰਨਾ ਹੋ ਗਿਆ ਜੀ? 100 ਬੂਥ ਇੰਟੂ 117, 10,000 ਗਿਣਤੀ ਵਿਣਤੀ ਨਹੀਂ, 11,000 ਬੰਦਾ ਚਾਹੀਦਾ ਇੰਟੂ 2, 25,000 ਬੰਦਾ ਤਾਂ ਤੁਹਾਨੂੰ ਪਿੰਡਾਂ ਦੇ ਹਿਸਾਬ ਨਾਲ ਹੀ ਲੈ ਕੇ ਚੱਲਦਾ ਬਾਈ ਜੀ, ਛੱਡੋ ਆਪਾਂ 12,000, 12,500 ਪਿੰਡ, 4 ਬੂਥ 1 ਪਿੰਡ ਦੇ, 12 ਚੌਕ 48, 50,000 ਬੂਥ ਹੋ ਗਿਆ, ਇੰਟੂ 2 ਬੰਦੇ, ਲੱਖ ਬੰਦਾ ਤੁਹਾਨੂੰ ਉਹ ਚਾਹੀਦਾ ਜਿਹੜਾ ਪਾਰਟੀ ਦੇ ਔਨ ਰੈਕਡ ਹੋਵੇ, ਵਰਕਰ ਨਹੀਂ, ਉਹ ਉੱਥੇ ਜਿਹੜਾ ਉਹ ਬੰਦਾ ਜਿਹੜਾ ਤੁਹਾਡੇ ਕੰਪਿਊਟਰ ਬੈਠਾ ਹੋਵੇ, ਬੈਠਾ ਹੋਊਗਾ, ਵਰਕਰ ਤਾਂ ਉਹ ਆ ਜਿਹੜਾ ਹਜੇ ਵੋਟਾਂ ਕੱਢ ਕੇ ਦੇਊਗਾ ਤੁਹਾਡੇ ਲਈ, ਪ੍ਰਚਾਰ ਕਰੂਗਾ, ਇੱਕ ਪਿੰਡ 'ਚ 2-3 ਉਹ ਵੀ ਚਾਹੀਦੇ ਆ, ਤੁਸੀਂ ਆਪਾਂ ਪਿੰਡਾਂ 'ਚ ਸਰਪੰਚੀ ਦੀਆਂ ਦੂਜੀਆਂ ਵੋਟਾਂ ਪਾਉਣੇ ਆ, ਘਰੇ ਬੈਠੇ ਬੰਦਿਆਂ ਨੂੰ ਆਪਦੀ ਜੀਪ ਤੇ ਹੋਰ ਢੋ ਢੋ ਕੇ ਲਿਆਉਂਦਾ, ਤੁਸੀਂ ਜਿਵੇਂ ਇੱਥੇ ਕਹਿ ਦਿੰਦੇ ਵੋਟ ਪੈਂਦੀ ਆ, ਰਾਈਡ ਚਾਹੀਦੀ ਆ, ਉਹ ਵੀ ਟੀਮ ਚਾਹੀਦੀ ਆ। ਸੋ ਤੁਹਾਡੇ ਕੋਲ ਕੀ ਐਡਾ ਵੱਡਾ ਇਨਫਰਾਸਟ੍ਰਕਚਰ ਦਾ ਬੈਂਕ ਹੈਗਾ ਬੰਦਿਆਂ ਦਾ, ਤੁਹਾਡੇ ਕੋਲ ਇੰਨੇ ਬੰਦੇ ਹੈਗੇ? ਦੇਖੋ ਹੁਣ ਮੈਂ ਇੱਥੇ ਇੱਕ ਨੁਕਤਾ ਮਤਲਬ ਚੱਕਣਾ ਚਾਹੁੰਦਾ ਹੈ ਕਿ ਮੈਨੂੰ ਇਹ ਲੱਗਦਾ ਵੀ ਅਕਾਲੀਆਂ ਕੋਲ ਵੀ ਹੈਗੇ ਆ, ਕਾਂਗਰਸ ਕੋਲ ਵੀ ਹੈਗੇ ਆ, ਜਿਹੜੀਆਂ ਰਵਾਇਤੀ ਪਾਰਟੀਆਂ, ਰਵਾਇਤੀ ਪਾਰਟੀਆਂ ਜਿਹੜੀਆਂ ਨਵਿਆਂ ਕੋਲ ਹੈ ਨੀ, ਤੇ ਕੰਮ ਕਰਨਾ ਪਊਗਾ ਨਾ ਹੁਣ 1-5 ਮਹੀਨੇ ਤੁਸੀਂ ਜੇ ਸਰਕਾਰ ਬਣਾਉਣੀ ਹੋ। ਆਮ ਆਦਮੀ ਪਾਰਟੀ ਨਾਲ ਕੀ ਹੋਇਆ? ਉਹ ਫੇਸਬੁੱਕ ਤੇ ਹੀ ਬਣਾਈ ਗਈ ਸਰਕਾਰ। ਮੈਂ ਤਾਂ ਹਾਸੇ 'ਚ ਕਹਿ ਦਿੰਦਾ ਹੁੰਦਾ, ਕੈਪਟਨ ਅਮਰਿੰਦਰ ਸਿੰਘ ਵਾਲੀ ਪੰਜਾਬੀ ਦਾ ਹਰੇਕ ਹੀ ਮੇਚਾ ਦੇ ਆਉਂਦਾ ਹੁੰਦਾ ਸੀਗਾ, ਅਤੇ ਸ਼ਾਮ ਨੂੰ ਕੁਰਸੀ 'ਤੇ ਉਹ ਟਾਕੀ ਮਾਰਿਆ ਹੁੰਦਾ ਸੀਗਾ ਵੀ ਮੈਂ ਮੁੱਖ ਮੰਤਰੀ ਬਣੂੰਗਾ, ਸਵੇਰੇ ਜਾ ਕੇ ਬਹਿ ਜੂੰਗਾ। ਇੰਨਾ ਸੌਖਾ ਨਹੀਂ, ਇੱਡਾ ਸੌਖਾ ਨਹੀਂ ਹੈਗਾ। ਕਈ ਭਰਾ ਤਾਂ ਸਾਡੇ ਕੀ ਕਹਿੰਦੇ ਸਿਵਲ ਸੈਕਟਰੀਏਟ ਕਮਰੇ ਵੀ ਦੇਖ ਆਏ ਸੀਗੇ ਵੀ ਮੈਂ ਅਸੀਂ ਇਹਦੇ 'ਚ ਆ ਕੇ ਬੈਠਾਂਗੇ, ਤਾਂ ਰੰਗ ਰੁਗਣਾ ਇਹੋ ਜਿਹਾ ਕਰ ਦਿਓ, ਪੜਦੇ ਲਾ ਦਿਓ, ਅਤੇ ਪਿੰਡਾਂ ਨੇ ਪੜਦੇ ਜਿਹੜੇ ਉਹਨਾਂ ਦੇ ਪਾਤੇ ਲੋਕਾਂ ਨੇ। ਦੇਖੋ ਇਹਦਾ ਮਤਲਬ ਇਹ ਹੈ ਕਿ ਜਿਹੜਾ ਬਦਲਾਅ ਹੈ ਇੰਨਾ ਸੌਖਾ ਨਹੀਂ। ਦੇਖੋ ਮੈਂ ਤੈਨੂੰ ਐਗਜ਼ਾਮਪਲ ਦਿੱਤਾ, ਜਿਹੜਾ ਇੱਕ ਅਸਲ ਬਦਲਾਅ ਆਉਂਦਾ ਨਾ, ਹੁਣ ਕ੍ਰਾਂਤੀ ਆਈ ਐਕਟ ਦੇ ਵਿੱਚ, ਕੀ ਉਹ ਵਾਕਿਆ ਬਦਲਤਾ? ਤੁਸੀਂ ਨਹੀਂ ਬਦਲਿਆ ਗਿਆ ਨਾ, ਇੱਕ ਵਾਰੀ ਤਾਂ ਸਿਸਟਮ ਹਲਾਤ ਆ, ਮੁੰਡੇ ਬੱਚੇ ਮਾਰੇ ਗਏ, ਗੋਲੀਆਂ ਚੱਲ ਗਈਆਂ, ਹੋਰ ਹੋ ਗਿਆ, ਚਾਈਨਾ ਦੇ ਵਿੱਚ ਤੁਹਾਨੂੰ ਰੈੱਡ ਸਕੇਅਰ ਯਾਦ ਹੋਣਾ, ਕੀ ਹੋ ਗਿਆ? ਉਬਾਲ ਸੀ, ਉਹ ਉਬਾਲ ਇੱਕ ਵਾਰੀ ਸ਼ੇਕ ਕਰਦਾ, ਅਰਥਕੁਏਕ ਆਉਂਦਾ, ਤੁਹਾਡੀ ਬਿਲਡਿੰਗ ਡਿਸਟਰੋਏ ਹੋ ਜਾਂਦੀ ਹੈ, ਸਾਰਾ ਕੁਛ ਹੁੰਦਾ, ਉਹ ਅਰਥਕੁਏਕ ਹੁੰਦਾ। ਅੱਛਾ ਵੋਟਰ ਦੀ ਗੱਲ ਕਰੀਏ, ਹੁਣ ਮੰਨ ਲਓ ਕਿ ਪਾਰਟੀ ਨਵੀਂ ਆ ਜਾਂਦੀ ਹੈ, ਉਬਾਲ ਆ ਗਿਆ, ਬਦਲਾਅ ਆ ਗਿਆ, ਲੋਕਾਂ ਨੇ ਜਜ਼ਬਾਤੀ ਹੋ ਕੇ, ਦੇਖੋ ਮਤਲਬ ਜਦੋਂ ਵੀ ਕੋਈ ਕਿਸੇ ਕਿਸਮ ਦਾ ਕੋਈ ਘੱਲੂ ਘਾਰਾ ਹੁੰਦਾ ਹੈ, ਕਿਸੇ ਕਿਸਮ ਦੀ ਕੋਈ ਇਸ ਤਰ੍ਹਾਂ ਦੀ ਵੇਵ ਬਣਦੀ ਹੈ, ਤਾਂ ਲੱਖਾਂ ਦੇ ਹਿਸਾਬ ਨਾਲ ਵੋਟਾਂ ਪੈਂਦੀਆਂ, ਅਤੇ ਨਵਾਂ ਹੀ ਕੋਈ ਲੀਡਰ ਬਣ ਗਿਆ, ਲੀਡਰ ਬਦਲ ਗਿਆ। ਤੁਹਾਨੂੰ ਇਹ ਲੱਗਦਾ ਵੀ ਪੰਜਾਬ ਦਾ ਵੋਟਰ ਕਰਪਟ ਹੈ? ਜੇ ਤੁਸੀਂ ਮੰਨਦੇ ਹੋ ਕਿ ਵੋਟਰ ਕਰਪਟ ਹੈ,
ਤਾਂ ਫਿਰ ਉਹਨਾਂ 'ਚ ਚੇਂਜ ਕਿਵੇਂ ਆਊ? ਲੀਡਰ ਤਾਂ ਆਪਾਂ ਬਦਲ ਲਾਂਗੇ। ਨਹੀਂ ਨਹੀਂ ਵੋਟਰ ਦੇਖੋ ਇਹ ਬਹਿ, ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਵੀ ਹਰੇਕ ਬੰਦਾ ਕਹਿੰਦਾ ਹੁੰਦਾ, ਪਰ ਇੱਥੇ ਵੀ ਤੁਹਾਡੇ ਵਾਲਿਆਂ ਨੇ ਸਿੱਧੀ ਗੱਲ ਮੈਂ ਕਹੂੰਗਾ ਵੀ ਹਰੇਕ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ, ਜਲੀਲ ਨੇ, ਫਲਾਣਾ, ਭਊਏ 'ਤੇ ਵਿਕ ਗਏ, ਇਹ ਵਿਕ ਗਏ। ਆਪਣੇ ਇੱਥੇ ਵੀ ਪ੍ਰੈਕਟਿਸ ਸ਼ੁਰੂ ਹੋ ਗਈ ਆ ਕੈਨੇਡਾ ਦੇ ਵਿੱਚ ਵੀ, ਜਿਹੜਾ ਵੋਟਾਂ 'ਚ ਖੜਾ ਹੁੰਦਾ ਉਹ ਕਹਿੰਦਾ ਵੀ ਸ਼ਾਮ ਨੂੰ ਆ ਜਿਓ, ਭਊਆ ਥੱਕੇ ਹੋ ਟੁੱਟੇ ਹੋ, ਭਊਆ ਭੂਆ ਲਾ ਲਿਓ, ਉਹ ਵੀ ਕਰਪਸ਼ਨ, ਰਾਈਟ, ਉਹ ਵੀ ਕਰਪਸ਼ਨ ਆ। ਸੋ ਇੰਨੀ ਵੱਡੀ ਕਰਪਸ਼ਨ ਵੀ ਨਹੀਂ ਹੈਗੀ। ਵੋਟਾਂ ਆਪਾਂ ਸਰਪੰਚੀ ਦੀਆਂ ਵੀ ਲੜਦੇ ਹਾਂ, ਆਪਾਂ ਨੂੰ ਪਤਾ ਹੁੰਦਾ ਕਿ ਆਹ ਘਰ ਚਾਰ ਪਿੰਡ ਦੇ ਵਕਾਊ ਵੋਟਾਂ ਹੈਗੀਆਂ, ਉਹਨਾਂ ਦੇ ਪੈਸੇ ਤੁਹਾਡੇ ਤੋਂ ਹੀ ਲੈਣੇ ਹੁੰਦੇ ਆ, ਠੀਕ ਹੈ। ਚਾਰ ਵਜੇ ਤੱਕ ਉਡੀਕੀ ਜਾਂਦੇ ਹੁੰਦੇ ਵੀ ਆਏ ਨਹੀਂ ਆਏ ਨਹੀਂ, ਫਿਰ ਉਹ ਤੁਹਾਡੇ ਨਾਲ ਨਾਰਾਜ਼ ਹੋ ਜਾਂਦੇ ਆ, ਵੋਟ ਪਾਉਣ ਨਹੀਂ ਜਾਂਦੇ ਦੂਜੇ ਪਾਸੇ, ਉਹ ਘਰੇ ਬਹਿ ਜਾਂਦੇ ਆ, ਤੂੰ ਭਾਈ ਮੈਨੂੰ ਵੋਟਾਂ 'ਚ ਪੈਸੇ ਨਹੀਂ ਦਿੱਤੇ, ਮੈਂ ਤਾਂ ਵੋਟ ਨਹੀਂ ਪਾਈ, ਉਲਟ ਫੇਰ ਨਹੀਂ ਭੁਗਤੇ, ਉਲਟ ਫੇਰ ਨਹੀਂ ਭੁਗਤੇ। ਫਿਰ ਇੱਕ 8-10 ਵੋਟਾਂ ਇਹ ਹੁੰਦੀਆਂ, ਉਹ ਦੋਨਾਂ ਪਾਸਿਆਂ ਤੋਂ ਪੈਸੇ ਲੈ ਲੈਂਦੀਆਂ, 5-10 ਵੋਟਾਂ ਇਹ ਹੁੰਦੀਆਂ ਵੀ ਉਹ ਕਹਿੰਦੇ ਚੱਲ ਇਹਨੇ ਨਹੀਂ ਦਿੱਤੇ ਤਾਂ ਇਹ ਤੋਂ ਲੈ ਲਓ। ਸੋ ਇਹ ਗਰੀਬੀ ਹੈ ਬੇਸਿਕਲੀ। ਤੁਸੀਂ ਨਾ ਗੱਲ ਜਦੋਂ ਇੱਥੇ ਬਹਿ ਕੇ ਕਰਦੇ ਹੋ, ਮੈਂ ਇੱਕ ਤੁਹਾਨੂੰ ਨਾ ਰੁੱਖੀ ਜੀ ਗੱਲ ਦੱਸਦਾ, ਬਹੁਤ ਰੁੱਖੀ ਹੈ ਪਰ ਸੱਚਾਈ ਹੈ, ਕੈਨੇਡਾ ਦੀ, ਅਮਰੀਕਾ ਦੀ, ਸਾਰੇ ਪਾਸੇ। ਇੱਥੇ ਅਸੀਂ 99% ਲੋਕ ਜਿਹੜੇ ਨੇ ਨਾ ਉਹ ਹੈਂਡ ਜੋਬ ਕਰਦੇ ਨੇ, ਲੇਬਰ ਕਰਦੇ ਆ, ਰਾਈਟ। ਕੋਈ ਟਰੱਕ ਚਲਾਉਂਦਾ, ਕੋਈ ਸਟੋਰ ਕਰਦਾ, ਕੋਈ ਰੈਸਟੋਰੈਂਟ ਕਰਦਾ, ਕੋਈ ਮਕੈਨਿਕ ਕਰਦਾ, ਫਿਜ਼ੀਕਲ ਜੋਬ ਆ। ਸੋ ਤੁਹਾਡਾ ਇਕਨੋਮਿਕ ਸਟੇਟਸ ਜਦੋਂ ਬਰਾਬਰ ਹੋ ਜਾਂਦਾ, ਦੈਨ ਯੂਅਰ ਸੋਸ਼ਲ ਸਟੇਟਸ ਵੀ ਬਰਾਬਰ ਹੋ ਜਾਂਦਾ। ਇੱਥੇ ਤੁਸੀਂ ਕਈ ਗੋਤਾਂ ਦੇਖੋ, ਬਲੈਕ ਸਮਿਥ, ਗੋਲਡ ਸਮਿਥ, ਦਿਸ ਸਮਿਥ, ਬੇਸਿਕਲੀ ਕੀ ਸੀ, ਬਲੈਕ ਸਮਿਥ ਲੁਹਾਰ, ਗੋਲਡ ਸਮਿਥ ਸੁਨਿਆਰਾ, ਕੰਮ ਤਾਂ ਇਹ ਵੀ ਉਹ ਕਰਦੇ ਸੀ। ਵਨ ਟਾਈਮ ਇਹੋ ਜਿਹਾ ਆਇਆ ਕਿ ਇੱਥੋਂ ਦੇ ਅਮੀਰ ਲੋਕ ਘੱਟ ਗਏ, ਆਮ ਲੋਕ ਵੱਧ ਗਏ, ਅਤੇ ਇੱਥੋਂ ਦਾ ਸੋਸ਼ਲ ਸਟੇਟਸ ਬਰਾਬਰ ਵੀ ਹੋ ਗਿਆ, ਕਿਉਂਕਿ ਇਕਨੋਮਿਕ ਸਟੇਟਸ ਹੋ ਗਿਆ। ਜਦੋਂ ਇਕਨੋਮਿਕ ਸਟੇਟਸ ਬਰਾਬਰ ਹੋ ਗਿਆ, ਸੋਸ਼ਲ ਸਟੇਟਸ ਬਰਾਬਰ ਹੋ ਗਿਆ, ਤਾਂ ਜਾਤ ਪਾਤ ਖਤਮ ਹੋ ਗਈ। ਪੰਜਾਬ ਦੇ ਵਿੱਚ ਕੀ ਚੀਜ਼ ਹੈ, ਗਰੀਬ ਘਰਾਂ ਦੇ ਜਿਹੜੇ ਆਪਣੇ ਹੈਗੇ ਨੇ ਵਿਹੜੇ ਵਾਲੇ, ਉਹਨਾਂ ਦਾ ਇੱਕ ਤਾਂ ਵਿਚਾਰਾ ਦਿਹਾੜੀ ਕਰੀ ਜਾਂਦਾ, ਦੂਜਾ ਹਿੰਮਤ ਮਾਰ ਕੇ ਪੜ੍ਹ ਗਿਆ, ਉਹ ਪੜ੍ਹ ਕੇ ਕੀ ਕਹਿੰਦੇ ਆ ਪਟਵਾਰੀ ਲੱਗ ਗਿਆ, ਹੈ ਤਾਂ ਇੱਕੋ ਪਿਓ ਦੇ ਦੋ ਪੁੱਤ ਜੰਮੇ, ਇੱਕ ਦਾ ਤਾਂ ਘਰ ਵੀ ਪੈ ਗਿਆ ਕੋਠੀ, ਪਟਵਾਰੀ ਵੀ ਨਾ ਛੱਡੋ, ਉਦੋਂ ਵੀ ਛੋਟਾ ਬਣ ਗਿਆ, ਠੀਕ ਆ। ਉਹਦੇ ਉਹ ਵਿਚਾਰਾ ਦਿਹਾੜੀ ਕਰਕੇ ਸ਼ਾਮ ਨੂੰ ਹੱਟੀ 'ਤੇ ਜਾਂਦਾ ਵੀ ਭਾਈ ਐਂ ਕਰੀ ਪਲੀ ਤੇਲ ਦੀ ਪਾ ਦੇ ਅਤੇ ਚੂੰਡੀ ਆਪਣੇ ਜੀਰੇ ਦੀ ਦੇ ਦੇ, ਉਹ ਰਾਸ਼ਨ ਜਿਹੜਾ ਹੱਟੀਆਂ ਦਾ ਰਾਸ਼ਨ ਦੇਖੋ ਤੁਸੀਂ, ਮੈਂ ਤੁਹਾਨੂੰ ਚੀਜ਼ ਦੱਸਦਾ, ਇਹ ਸੱਚਾਈ ਆ। ਡੇਲੀ ਬੇਸਿਸ, ਆਟਾ ਵੀ ਡੇਲੀ ਬੇਸਿਸ 'ਤੇ ਆਉਂਦਾ, ਚਾਹ ਵੀ ਜੇ ਰਿਸ਼ਤੇਦਾਰ ਆ ਜਾਣ ਦੁਪਹਿਰੇ ਤਾਂ ਉਹ ਹੱਟੀ ਤੋਂ ਜਾ ਕੇ ਖੰਡ ਪੱਤੀ ਅਤੇ ਦੁੱਧ ਲੈ ਕੇ ਆਉਂਦਾ, ਅਤੇ ਇੱਕ ਬੰਦਾ ਥੋੜ੍ਹਾ ਜਿਹਾ ਵੀ ਜੋਬ ਪ੍ਰੋਫਾਈਲ ਚੇਂਜ ਕਰ ਲਏ, ਰਾਈਟ, ਉਹ ਬੰਦਾ ਚੇਂਜ ਆ ਗਿਆ। ਸੋ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਿੰਨੀ ਦੇਰ ਇਕਨੋਮਿਕ ਸਟੇਟਸ ਮੈਂ ਕਹਿੰਦਾ ਤੁਹਾਡੇ 10% ਦੇ ਵੀ ਆ ਜੇ ਨਾ, ਦੈਨ ਵੀ ਕੈਨ ਬਲੇਮ ਦੋਸ ਪੀਪਲ ਵੀ ਹਾਂ ਭਾਈ ਤੁਹਾਡਾ ਤਾਂ ਇਕਨੋਮਿਕ ਸਟੇਟਸ ਬਰਾਬਰ ਸੀਗਾ। ਉੱਥੇ ਤਾਂ ਭਾਈ ਸਾਹਿਬ ਇਕਨੋਮਿਕ ਸਟੇਟਸ ਹੀ ਇੱਕ ਪਿੰਡ ਦੇ ਵਿੱਚ ਦੇਖ ਲਓ, ਇੱਕ ਬੰਦੇ ਦੇ ਤਾਂ ਲੀੜੇ ਪਾਟੇ ਆ, ਮੋਰਾਂ ਦੇ ਉੱਤੇ ਤੁਹਾਨੂੰ ਨੰਗ ਦਿਸੀ ਜਾਂਦਾ, ਇੱਕ ਕਾਕਾ ਜੀ ਮੁੱਛਾਂ ਨੂੰ ਤਾ ਦੇਈ ਜਾਂਦਾ, ਇੱਕ ਕਾਕਾ ਜੀ ਦੇ ਪਿਓ ਨੇ ਜ਼ਮੀਨ ਵੇਚਦੀ ਉਹ ਕੜਿਆਂ ਵਾਲੀ ਕਾਰ ਲਈ ਜਾਂਦਾ। ਇਕਨੋਮਿਕ ਡਿਸਪੈਰਿਟੀ ਹੈ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਜਿਹੜੀ ਜਾਤ ਪਾਤ ਆ ਉਹ ਜਾਤ ਪਾਤ ਇਹ ਨਹੀਂ ਕਿ ਤੁਸੀਂ ਕਿਹੜੇ ਗੋਤ ਜਾਂ ਜਾਤ ਦੇ ਹੋ, ਬੇਸਿਕਲੀ ਤਾਂ ਉਹ ਇਕਨੋਮਿਕ ਡਿਸਪੈਰਿਟੀ ਹੈ, ਕਲਾਸਾਂ, ਇਕਨੋਮਿਕ ਕਲਾਸ। ਮੈਂ ਉੱਥੇ ਨਾ ਦਲਿਤ ਸ਼ਬਦ ਦੇ ਉੱਤੇ 5 ਮਿੰਟ ਬੋਲਿਆ ਸੀ, ਮੈਂ ਕਿ ਦਲਿਤ ਕੌਣ ਆ। ਦਲਿਤ ਉਹ ਆ ਜਿਹਦੇ ਚੋਂ ਬਦਬੂ ਆਉਂਦੀ ਆ, ਰਾਈਟ। ਉਹ ਬਦਬੂ ਕਿਹਨੂੰ ਆਉਂਦੀ ਆ? ਉਹ ਬਦਬੂ ਉਹਨੂੰ ਨਹੀਂ ਆਉਂਦੀ, ਜਿਵੇਂ ਆਪਾਂ ਦੋ ਬਚਪਨ ਦੇ ਦੋਸਤ ਆ, ਜਾਂ ਤੂੰ ਮੇਰੇ ਚਾਚੇ ਦਾ ਮੁੰਡਾ, ਮੈਂ ਤੇਰੇ ਤਾਏ ਦਾ ਮੁੰਡਾ, ਜਾਂ ਮੈਂ ਤੇਰਾ ਸਕਾ ਭਰਾ। ਤੁਸੀਂ ਤਾਂ PAU ਪੜ੍ਹ ਕੇ ਸਾਇੰਟਿਸਟ ਬਣ ਕੇ ਕੈਨੇਡਾ ਆ ਗਏ, ਜ਼ਮੀਨ ਤੁਹਾਡੇ ਕੋਲ ਵੀ 4 ਕਿੱਲੇ ਅਤੇ ਮੇਰੇ ਕੋਲ ਵੀ 4 ਕਿੱਲੇ। ਹੁਣ ਤੁਸੀਂ ਤਾਂ ਸਰਦਾਰ ਜੀ ਇੱਥੋਂ ਲੱਖਾਂ ਲੈਂਦੇ ਹੋ, ਅਤੇ ਜਦੋਂ ਪਿੰਡ ਆਉਣੇ ਨਾ ਸਵਰਨ ਸਿੰਘ ਜਿਹੜੇ ਇਹੋ ਜਿਹੀ ਪਏ, ਤੇਰਾ ਘਰ ਇਹੋ ਜਿਹਾ, ਤੇਰਾ ਇਹੋ ਜਿਹਾ, ਤਾਂ ਮੈਂ ਕੀ ਹੋ ਗਿਆ? ਦਲਿਤ ਹੋ ਗਿਆ। ਦਲਿਤ ਹੋ ਗਿਆ, ਅੱਛਾ ਫਿਰ ਦੂਜੀ ਗੱਲ, ਅੱਛਾ ਐਂ ਕਰੀ ਆ ਕਾਰ ਲੈ ਜਾ ਮੇਰੀ, ਫਲਾਨਾ ਕੰਮ ਕਰਿਆ ਤੂੰ, ਫਿਰ ਉੱਥੇ ਵੀ ਜਾਇਆ, ਉਹ ਮੈਂ ਤੁਹਾਡਾ ਟੈਚੀ ਚੱਕ ਕੇ ਵੀ ਗੱਡੀ 'ਚ ਰੱਖਦਾ, ਸਾਰਾ ਕੁਛ ਕਰਦਾ, ਕਿਉਂਕਿ ਤੁਸੀਂ ਅਮੀਰ ਹੋ ਮੈਂ ਗਰੀਬ ਹਾਂ। ਹਾਂ ਸਕੇ ਭਰਾ, ਜਾਤ ਉਹੀ ਹੈ, ਜਾਤ ਉਹੀ ਹੈ, ਗੋਤ ਉਹੀ ਹੈ, ਇਕਨੋਮਿਕ ਸਟੇਟਸ 'ਚ ਮੈਂ ਉੱਥੇ ਦਲਿਤ ਹਾਂ। ਹੁਣ ਇਹ ਹੱਕ ਮੰਗਣਾ ਕਿਹਨੇ ਆ? ਦੇਖੋ ਨਹੀਂ, ਇੱਕ ਮਿੰਟ, ਹੁਣ ਚੀਜ਼ ਹੱਕ ਪਤਾ ਕੀ ਹੈ, ਹੱਕ ਕਹਿਣਾ ਬਹੁਤ ਸੌਖੀ ਚੀਜ਼ ਆ, ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਨਾ ਇਹਨੂੰ, ਜਦੋਂ ਤੁਸੀਂ ਮੈਂ ਵਿਚਰਦਾ ਨਾ, ਇਟ ਇਜ਼ ਵੈਰੀ ਈਜ਼ੀ ਟੂ ਸਪੀਕ, ਵਰਡਸ ਮੂੰਹ 'ਚੋਂ ਕੱਢਣੇ ਬੜੇ ਸੌਖੇ ਨੇ। ਮੈਂ ਕਹਿੰਦਾ ਨਾ ਮੈਨੂੰ ਪੁੱਗਦਾ, ਹੁਣ ਤੁਸੀਂ ਕਹਿੰਦੇ ਤੁਹਾਨੂੰ ਸਟੇਟਸ ਆ, ਸਵਰਨ ਸਾਹਿਬ ਤੂੰ ਜਾਂ ਕੋਟ ਦੂਜਾ ਲੈਣਾ ਸੀ,
ਹੁਣ ਮੈਨੂੰ ਤਾਂ ਪਤਾ ਮੈਂ ਤਾਂ ਭਰਾਵਾ ਖੇਸ ਸਿਉਂ ਕੇ ਠੰਡ ਤੋਂ ਬਚ ਗਿਆ, ਇਹਦਾ ਮੈਨੂੰ ਵੀ ਪਤਾ ਜੇ ਮੈਂ ਇੱਥੇ ਕੀ ਕਹਿੰਦੇ ਫਲਾਨੇ ਬ੍ਰਾਂਡ ਦੀ ਜੈਕਟ ਆ ਉਹ ਬੜੀ ਕੰਫਰਟੇਬਲ ਹੋਊਗੀ ਮੇਰੇ, ਬੜੀ ਸੋਹਣੀ ਲੱਗੂਗੀ, ਉਹ ਮੈਂ $500 ਕਿੱਥੋਂ ਲਿਆਵਾਂ ਇੱਕ ਇਕੱਲੀ ਜੈਕਟ ਦੀ, $500 ਨਾਲ ਤਾਂ ਮੈਂ ਵੀ ਸਾਲ ਦਾ ਘਰ ਦਾ ਰਾਸ਼ਨ ਚਲਾ ਲੈਂਦਾ ਇੰਡੀਆ 'ਚ ਜੀ। ਅਕਲ ਤਾਂ ਮੈਨੂੰ ਹੈਗੀ ਆ, ਹਾਲਾਤ ਨਹੀਂ, ਹਾਲਾਤ ਨਹੀਂ ਹੈਗੇ। ਜਿਹੜਾ ਕਰਜ਼ਾ ਹੁੰਦਾ ਨਾ, ਜਿਹੜੇ ਹਾਲਾਤ ਹੁੰਦੇ ਨੇ, ਜਿਹੜਾ ਬੰਦਾ ਉਸ 'ਚੋਂ ਲੰਘਿਆ ਹੁੰਦਾ, ਬਰਾੜ ਸਾਹਿਬ ਉਹਨੂੰ ਪੁੱਛੋ, ਉਹੀ ਬੰਦਾ ਇੱਕ ਦੂਜੀ ਦੁਕਾਨ 'ਤੇ ਆਪਦੇ ਬੱਚੇ ਦਾ ਵਿਆਹ ਕਰਨਾ, ਇੱਕ ਪੈਸੇ ਚੱਕ ਕੇ ਕਰਦੇ ਹੋ, ਇੱਕ ਨਗਦੀ ਕਰਦੇ ਹੋ। ਜਦੋਂ ਪੈਸੇ ਚੱਕ ਕੇ ਕਰਦੇ ਹੋ ਨਾ, ਇੱਕ ਦੁਕਾਨ ਤੋਂ ਕੱਪੜਾ ਲੈਂਦੇ ਹੋ ਤੁਸੀਂ, ਉਧਾਰ ਲੈਣਾ ਹੁੰਦਾ, ਸਾਲ ਨੂੰ ਪੈਸੇ ਮੋੜਨੇ ਆ, ਅਤੇ ਫਿਰ ਉਹ ਕੀ ਕਰਦਾ ਉਹਦੀ ਜਿਹੜਾ ਉਹ ਫਲਾਨਾ ਕੱਢੀ, ਫਲਾਨਾ ਸੂਟ ਜਿਹੜਾ ਵਿਕਦਾ, ਆਹ ਲੈ ਜਾ ਤੇਰੀ ਕੁੜੀ 'ਤੇ ਬੜਾ ਸੋਹਣਾ ਲੱਗੂਗਾ। ਉਹਨੂੰ ਪਤਾ ਹੁੰਦਾ ਮੇਰੀ ਬੇਟੀ ਦੇ ਆਹ ਚੀਜ਼ ਸੋਹਣੀ ਨਹੀਂ ਲੱਗਣੀ, ਲੈਣੀ ਪੈਂਦੀ ਆ, ਕਿਉਂਕਿ ਮੈਂ 5 ਸੂਟ ਆਪਦੀ ਧੀ ਨੂੰ ਦੇਣੇ ਆ। ਹੋਪ ਕੀ ਹੈ ਹੁਣ, ਕੀ ਕੀਤਾ ਜਾਵੇ, ਕੀ ਕੀਤਾ? ਇਹ ਜਿਹੜੀ ਜਿਹੜੀ ਇਹ ਜਮਾਤ ਹੈ ਜਿਹਦੇ ਨਾਲ ਧੱਕਾ ਹੋ ਰਿਹਾ, ਜਿਹੜੀ ਅਨਐਜੂਕੇਟਡ ਹੈ, ਜਿਹਨਾਂ ਦੇ ਰਾਈਟ ਉਹਨਾਂ ਨੂੰ ਨਹੀਂ ਮਿਲੇ, ਜਿਹੜੇ ਗਰੀਬੀ ਨਾਲ ਵਿਚਾਰੇ ਲੜ ਰਹੇ ਨੇ, ਕੀ ਕੀਤਾ ਜਾਵੇ, ਕੀ ਕੀਤਾ ਜਾਵੇ? ਇਹਦਾ ਦੇਖੋ, ਇਹਦੇ ਲਈ ਨਾ ਕਿ ਦਿਸ ਇਜ਼ ਅ ਵੈਰੀ ਬਿਗ ਕੁਐਸਚਨ, ਇਟ ਨੀਡਸ ਅ ਵਾਸਟ ਰਿਸਰਚ, ਪਾਲਿਸੀਜ਼ ਬਣਦੀਆਂ ਨੇ, ਸਾਰਾ ਕੁਛ ਬਣਦਾ। ਪਰ ਸਾਡੀ ਬਦਕਿਸਮਤੀ ਇਕੱਲੇ ਪੰਜਾਬ ਦੀ ਨਹੀਂ, ਭਾਰਤ ਦੀ ਇਹ ਹੈ ਕਿ 1947 ਤੋਂ ਬਾਅਦ ਜਦੋਂ ਗੋਰੇ ਛੱਡ ਕੇ ਇੱਥੇ ਕਾਲੇ ਗੋਰਿਆਂ ਨੂੰ ਰਾਜ ਦੇ ਕੇ ਨਾ, ਉਹਨਾਂ ਨੇ ਡੰਗ ਟਪਾਊ ਰਾਜਨੀਤੀ ਕੀਤੀ ਹੈ, ਕੋਈ ਉਹਨਾਂ ਨੇ ਪਲੈਨਿੰਗ ਨਹੀਂ ਕੀਤੀ। ਉਦੋਂ ਬਹੁਤ ਵਧੀਆ ਸਮਾਂ ਸੀ ਕਿ 5-10 ਸਾਲ ਉਹ ਕੱਖ ਨਾ ਕਰਦੇ, ਸਿਰਫ ਇੱਕ ਰੋਡ ਮੈਪ ਤਿਆਰ ਕਰਦੇ, ਜਿਹਨੂੰ ਮੈਂ ਹਮੇਸ਼ਾ ਵਰਡ ਕਰਨਾ ਨਾ ਰੋਡ ਮੈਪ, ਕਰਨਾ ਕੀ ਹੈ। ਇੱਥੇ ਤੁਹਾਡੇ ਬੜੀ ਸਿੰਪਲ ਹੀ ਗੱਲ ਆ, ਗੱਡੀ ਐਕਸੀਡੈਂਟ ਹੋ ਗਿਆ, ਉਹ ਤੁਸੀਂ ਵਰਕਸ਼ਾਪ ਲਿਆਉਂਦੇ ਆ, ਲੱਗ ਗਈ, ਉਹ ਜਦੋਂ ਇੰਸ਼ੋਰੈਂਸ ਵਾਲੇ ਆਉਣ ਤੋਂ ਪਹਿਲਾਂ ਵਰਕਸ਼ਾਪ ਵਾਲਾ ਕੀ ਕਰਦਾ, ਉਹ ਪ੍ਰੋਸੀਜਰ ਦੱਸਦਾ ਕਿ ਆਈ ਵਿਲ ਸਟਾਰਟ ਫਰੋਮ ਹੇਅਰ, ਆਈ ਵਿਲ ਕੱਟ ਦਿਸ ਪੀਸ, ਆਈ ਵਿਲ ਪੁੱਟ ਦਿਸ ਪੀਸ, ਇਹ ਇਹੋ ਜਿਹਾ ਪੀਸ ਹੋਊਗਾ, ਦੈਨ ਆਈ ਵਿਲ ਕਮ ਹੇਅਰ, ਦੇ ਹੇਅਰ ਹੇਅਰ ਐਂਡ ਐਂਟਾਇਰ ਡੇ ਆਈ ਵਿਲ ਕੰਪਲੀਟ ਦਿਸ ਜੋਬ। ਉਹ ਕਹਿੰਦਾ ਗੋ ਹੈਡ, ਯੂ ਨੋ ਦਾ ਜੋਬ, ਪ੍ਰੋਸੀਜਰ ਹੈ ਨਾ। ਉੱਥੇ ਇੰਡੀਅਨ ਪੋਲੀਟੀਸ਼ੀਅਨਸ ਨੇ ਕੋਈ ਪ੍ਰੋਸੀਜਰ ਅਡੋਪਟ ਨਹੀਂ ਕੀਤਾ, ਦੇ ਵਰ ਹੰਗਰੀ ਫੋਰ ਦਾ ਯੂ ਨੋ ਪਾਵਰ, ਉਹ ਮਿਲ ਗਈ ਉਹ ਇੱਕਦਮ। ਕਿਉਂਕਿ ਜਿੱਥੇ ਇਹ ਬਦਕਿਸਮਤੀ ਕੀ ਹੈ ਨਾ, ਇਹ ਬਦਕਿਸਮਤੀ ਇਕੱਲੇ ਭਾਰਤ ਦੀ ਨਹੀਂ ਹੈਗੀ ਆ, ਬਦਕਿਸਮਤੀ ਸਾਰੇ ਉਹਨਾਂ ਦੇਸ਼ਾਂ ਦੀ ਹੈ ਜਿਹੜੇ ਕਿਸੇ ਨਾ ਕਿਸੇ ਬਾਹਰੀ ਦੇਸ਼ ਦੇ ਗੁਲਾਮ ਰਹੇ ਨੇ। ਉਹ ਦੇਸ਼ ਬਚੇ ਨੇ ਜਿੱਥੇ ਰਾਜੇ ਸੀਗੇ। ਮੈਂ ਥਾਈਲੈਂਡ ਦਾ ਐਗਜ਼ਾਮਪਲ ਦਿੰਦਾ, ਬੜਾ ਛੋਟਾ ਜਿਹਾ ਦੇਸ਼, ਅੱਜ ਤੋਂ 25 ਸਾਲ ਪਹਿਲਾਂ ਇੰਡੀਆ ਦਾ ਰੁਪਈਆ ਸੀ ਉਹਨਾਂ ਦਾ 1 ਰੁਪਈਆ 80 ਪੈਸੇ ਸੀ, ਅੱਜ ਰੁਪਈਏ ਦੇ 2 ਰੁਪਈਏ 40 ਪੈਸੇ ਉਹਨਾਂ ਦਾ 1 ਰੁਪਈਆ। ਇਨਫਰਾਸਟਰਕਚਰ ਹਾਰਨ ਨਹੀਂ ਸੁਣਦਾ ਤੁਹਾਨੂੰ, ਕੁਛ ਨਹੀਂ ਹੈਗਾ, ਕੋਈ ਕਿਸੇ ਨੂੰ ਧੱਕਾ ਨਹੀਂ ਮਾਰਦਾ, ਐਵਰੀਬਾਡੀ ਇਜ਼ ਪੋਲਾਈਟ। ਅਤੇ ਉਹ ਰਾਜ ਨੇ ਫਿਰ ਹੌਲੀ ਹੌਲੀ ਆਪਦਾ ਦੇਸ਼, ਜਦੋਂ ਹਾਲਾਤ ਬਦਲੇ ਉਹਦੇ ਅਕੋਰਡਿੰਗਲੀ ਉਹਨੇ ਇਨਫਰਾਸਟਰਕਚਰ ਕ੍ਰੀਏਟ ਕੀਤਾ, ਅਤੇ ਉਹ ਦੇਸ਼ ਅੱਜ ਕਾਮਯਾਬ ਹੋ ਗਿਆ। ਇਹਦਾ ਮਤਲਬ ਉੱਥੋਂ ਦੇ ਰਾਜੇ ਆਪਣੇ ਦੇਸ਼ ਪ੍ਰਤੀ ਲੋਇਲ ਨੇ। ਜਿੰਨੀ ਦੇਰ ਭਾਅ ਜੀ ਤੁਸੀਂ ਆਪਦੇ ਪਰਿਵਾਰ ਪ੍ਰਤੀ ਲੋਇਲ ਨਹੀਂ ਹੁੰਦੇ, ਚੱਲਦਾ ਤਾਂ ਪਰਿਵਾਰ ਨਹੀਂ। ਜਿਹੜੇ ਘਰ ਦੇ ਵਿੱਚ ਬੁੜੀ ਗੋਝੀ ਰੱਖ ਕੇ ਪੇਕਿਆਂ ਨੂੰ ਦੇਣ ਲੱਗ ਪਏ ਕਰਤਾ, ਉਹ ਨਹੀਂ ਚੱਲਦਾ। ਜਿਹੜਾ ਬਾਪੂ ਜਵਾਕਾਂ ਤੋਂ ਚੋਰੀ ਪਾਸੇ ਸਮਾਨ ਦੇਣ ਲੱਗ ਪਏ ਕਰਤਾ, ਉਹ ਉੱਜੜ ਜਾਂਦਾ। ਪਰ ਚੈੱਕ, ਇਹਦਾ ਦੇਸ਼ ਹੈ ਚੈੱਕ ਐਂਡ ਬੈਲੈਂਸ, ਚੈੱਕ ਐਂਡ ਬੈਲੈਂਸ, ਜਿਨ੍ਹਾਂ ਨੂੰ ਕੁਰਸੀ ਦਿੱਤੀ, ਜਿਨ੍ਹਾਂ ਨੇ ਲੀਡ ਕੀਤਾ ਇੰਨੇ ਸਾਲ, ਤੇ ਕਰਦੇ ਤੁਸੀਂ ਹਟਾ ਵੀ ਦਿੰਦੇ ਹੋ, ਹਟਾ ਵੀ ਦਿੰਦੇ, ਦੇਖੋ ਹਟਾ ਵੀ ਦਿੰਦੇ ਹੋ, ਉਦਾਂ ਦੇ ਫਿਰ ਲਿਆਉਣੇ। ਪਰ ਚੱਕਰ ਕੀ, ਦੁਕਾਨ ਹੀ ਨਹੀਂ ਗਈ, ਦੁਕਾਨਾਂ ਹੀ ਦੋ ਨੇ। ਤੀਜਾ ਜਿਹੜਾ ਆਉਂਦਾ ਦੁੱਧ ਦੀ ਧਾਮੇ ਦੇ ਵਾਲੇ ਦੇ ਵਿੱਚੋਂ ਸਰਕਾਰ ਬਣਾਉਣ ਨੂੰ, ਫਿਰ ਤਾਂ ਕਾਰਡ ਦੀ ਵਾਂਗੂ ਕੋਈ ਰਹੀਦਾ ਨਹੀਂ, ਸਮਾਂ ਲੱਗਦਾ। ਮਮਤਾ ਬੈਨਰਜੀ ਹੋਈ ਅਗਲੀ ਮੁੱਖ ਮੰਤਰੀ ਬਣ ਗਈ, ਨਵਾਜ਼ ਇੱਧਰ ਬਣਿਆ ਆਪਣਾ ਕੀ ਕਹਿੰਦੇ ਇਮਰਾਨ ਖਾਨ, ਪਾਕਿਸਤਾਨ ਵੀ ਤਾਂ ਸਾਡਾ ਭਰਾ ਹੀ ਹੈ, ਅੱਡੀ ਹੋਏ ਆ, ਦੋ ਸ਼ਰੀਕ ਹੈ, ਕੋਈ ਛੋਟਾ ਇੱਕ ਵੱਡਾ, ਅਤੇ ਉਹ ਕਿੰਨੇ ਸਾਲ ਕੰਮ ਕਰਕੇ ਬਣ ਗਏ। ਬਾਈ ਜੀ ਸਮਾਂ ਚਾਹੀਦਾ ਹਰੇਕ ਚੀਜ਼ ਦੇ ਲਈ, ਇੱਕ ਦਿਨ 'ਚ ਕੁਛ ਨਹੀਂ ਬਣਦਾ ਹੁੰਦਾ। ਜੇ ਤੁਸੀਂ ਕਹੋ ਕਿ ਇੱਕ ਦਿਨ ਦੇ ਵਿੱਚ ਮੈਂ ਜਹਾਜ਼ ਉਡਾ ਲੂੰਗਾ, ਉਹ ਵੀ ਕਹਿੰਦੇ ਕਾਕਾ ਪਹਿਲਾਂ ਮੀਟਰ ਮੂਟਰ ਪੜ੍ਹ ਉਡਾਉਣਾ, ਕਹਿਣਾ ਬੜਾ ਸੌਖਾ ਹੁੰਦਾ ਮੈਂ ਉਡਾ ਲੂੰਗਾ ਜੀ। ਕੀ ਤੁਹਾਨੂੰ ਲੱਗਦਾ ਰਵਾਇਤੀ ਪਾਰਟੀਆਂ ਜਿਹੜੀਆਂ, ਜ਼ਰੂਰੀ ਨਹੀਂ ਪਾਰਟੀ ਨਵੀਂ ਆ, ਰਵਾਇਤੀਆਂ ਕੀ ਹੁੰਦੀਆਂ ਜੀ, ਪਾਰਟੀ ਉਹ ਵੀ ਕਿਸੇ ਟਾਈਮ ਨਵੀਂ ਬਣੀ ਆ, ਕਿਸੇ ਦਿਨ ਬਣੀ ਸੀ, ਅਕਾਲੀ ਦਲ ਵੀ ਤਾਂ 1920 ਚ ਬਣਿਆ, ਰੈਨੋਵੇਟ ਕੀਤੀ ਸੀ, ਰੈਨੋਵੇਟ ਕੀਤੀ ਹੈ, ਬੜਾ ਕੁਝ ਹੋਇਆ। ਦੇਖੋ ਉਹਦਾ ਮੂਲ ਰੂਪ ਦੇ ਵਿੱਚ ਸਾਰਾ ਜਿਹੜਾ ਆਈਡੀਓਲੋਜੀ ਸੀ ਬਾਦਲਾਂ ਨੇ ਡਿਲਿਊਟ ਕਰਤੀ ਲਿਆ ਕਿ ਅੱਜ ਫਿਰ ਬਾਦਲ ਚੈਲੰਜ ਹੋ ਗਏ, ਇੱਕ ਨਵਾਂ ਅਕਾਲੀ ਦਲ ਖੜਾ ਹੋ ਰਿਹਾ, ਰਾਈਟ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਇੱਕ ਸਬਸਟੀਟਿਊਟ ਬਣਦਾ ਨਜ਼ਰ ਆਇਆ, ਉਹ ਨਹੀਂ ਬਣਿਆ ਕਿਉਂਕਿ ਉਹਨਾਂ ਨੂੰ ਪੰਜਾਬ ਦੀ ਪਾਲਸੀ ਪਤਾ ਨਹੀਂ ਸੀਗੀ, ਪੰਜਾਬ ਦਾ ਬਿਹੇਵੀਅਰ ਨਹੀਂ ਪਤਾ ਸੀਗਾ। ਸੋ ਜਿਹੜਾ ਬੰਦਾ ਅੱਜ ਪੰਜਾਬ ਦੇ ਵਿੱਚ ਰੂਲ ਕਰਨਾ ਚਾਹੁੰਦਾ ਉਹ ਇੱਕ ਚੀਜ਼ ਭੁੱਲ ਜੇ, ਉਹ ਇਹ ਕਹਿ ਸਕਦਾ ਕਿ ਯੈਸ ਆਫਟਰ 10 ਈਅਰਸ ਮੈਂ ਰਵਾਂ ਨਾ ਰਵਾਂ, ਆਹ ਬੰਦਾ ਕੰਮ ਕਰ ਜੂਗਾ, ਉਹ ਬੰਦਾ ਪੰਜਾਬ 'ਚ ਬਦਲਾਅ ਕਰ ਸਕਦਾ। ਭਾਵੇਂ ਜੇ ਅੱਜ ਤੁਸੀਂ ਆਉਂਦੀਆਂ 2000 ਜਿਹੜੀਆਂ ਚੋਣਾਂ ਹੈਗੀਆਂ 22 ਦੀਆਂ, ਉਹਦੇ ਵਿੱਚ ਨਵੀਂ ਪਾਰਟੀ ਆ ਕੇ ਰਾਜ ਵੀ ਕਰ ਲੈਣਾ,
ਤਾਂ ਵੀ ਉਹ ਜਿਹੜਾ ਆਪਾਂ ਪੰਜਾਬ ਦਾ ਰਿਪ੍ਰੈਜ਼ੈਂਟੇਟਿਵ ਮੈਂ ਨਹੀਂ ਕਹਿ ਸਕਦਾ। ਇਹ ਦੱਸੋ ਜਿਹੜਾ ਚੌਥਾ ਬਦਲ ਦੀ ਜਿਹਦੀ ਆਪਾਂ ਗੱਲ ਕਰਦੇ ਹਾਂ ਅੱਜ ਕੱਲ੍ਹ, ਹੈ ਨਾ, ਵੀ ਬਰਗਾੜੀ ਮੋਰਚਾ ਲੱਗਿਆ ਉੱਥੇ, ਸੁਖਪਾਲ ਸਿੰਘ ਖਹਿਰਾ ਗਏ, ਠੀਕ ਹੈ, ਬੈਂਸ ਭਰਾ ਨੇ ਉਹਨਾਂ ਦੇ ਨਾਲ ਜੁੜੇ ਫਿਰਦੇ, ਜਿਹੜੇ ਪੁਰਾਣੇ ਅਕਾਲੀ ਰਵਾਇਤੀ ਲੀਡਰ। ਮੇਰਾ ਕੁਸ਼ਚਨ ਇਹ ਹੈ ਵੀ ਕੀ ਤੁਹਾਨੂੰ ਲੱਗਦਾ ਕਿ ਇਹ ਰਲ ਕੇ ਕੁਛ ਬਣ ਸਕਦਾ? ਇੱਕ ਮਿੰਟ ਮੈਨੂੰ ਇਹ ਦੱਸੋ, ਸੁਖਪਾਲ ਸਿੰਘ ਖਹਿਰਾ ਕਿੰਨੇ ਸਾਲ ਪੁਰਾਣਾ ਸਿਆਸਤਦਾਨ? ਮੇਰੇ ਹਿਸਾਬ ਨਾਲ ਤਾਂ ਲੰਮਾ ਸਮਾਂ ਹੋ ਗਿਆ। ਬੈਂਸ ਨਵੇਂ ਨੇ? ਕਿੱਥੇ ਨਵੇਂ ਨੇ, ਉਹਨਾਂ ਦਾ ਵੀ ਕਿਵੇਂ ਕੰਪੈਰੇਟਿਵਲੀ ਕਹਿ ਸਕਦੇ ਪੋਲਿਟਿਕਸ ਟਾਈਮ, ਉਹਨਾਂ ਨੂੰ ਕਿੰਨੇ ਸਾਲ ਹੋ ਗਏ? ਨੋਬਡੀਜ਼ ਨਹੀਂ ਹੋਏ, ਉਹ ਉਹਨਾਂ ਸਿਸਟਮ ਦੇ ਵਿੱਚ ਉਹਨੇ ਗੱਲ ਨਹੀਂ ਬਣੀ, ਵੱਢ ਹੋ ਗਏ। ਬੇਸ ਤਾਂ ਉਹਨਾਂ ਦਾ ਵੀ ਉਹੀ ਹੈ, ਪਰ ਹੁਣ ਪ੍ਰੈਕਟੀਕਲੀ ਕੋਈ ਚੀਜ਼ ਤਾਂ ਪ੍ਰੈਕਟੀਕਲੀ ਦਾ ਕੀ ਹੈ, ਇਟ ਇਜ਼ ਲਸਟ ਫਾਰ ਪਾਵਰ। ਉਹ ਆਬਵੀਅਸ ਹੈ, ਉਹ ਹਰ ਬੰਦੇ ਨੂੰ, ਮੈਂ ਸਿੱਧੀ ਗੱਲ ਕਹਿੰਦਾ, ਇਟ ਇਜ਼ ਲਸਟ ਫਾਰ ਪਾਵਰ, ਇਟ ਇਜ਼ ਕੰਪਰੋਮਾਈਜ਼ਿੰਗ ਵਿਦ ਦਾ ਯੂਅਰ ਆਈਡੀਓਲੋਜੀ, ਤੁਹਾਡੀ ਸੋਚ, ਜੋ ਤੁਸੀਂ ਕਰਨਾ ਚਾਹੁੰਦੇ ਹੋ ਕਿਤੇ ਨਾ ਕਿਤੇ। ਮੈਂ ਤੁਹਾਨੂੰ ਇੱਕੋ ਗੱਲ ਕਹੀ ਆ ਕਿ ਜਿੰਨੀ ਦੇਰ ਤੁਸੀਂ ਪੰਜਾਬ ਦਾ ਕੋਈ ਬੰਦਾ ਲੈ ਲਓ, 10 ਸਾਲ ਪਿੰਡਾਂ ਦੇ ਪੰਜਾਬ 'ਚ ਵਿਚਰਦਾ ਨਹੀਂ ਗਾ, ਕੁਛ ਨਹੀਂ ਕਰਦਾ, ਗਰਾਸ ਰੂਟ 'ਤੇ ਕੰਮ ਨਹੀਂ ਕਰਦਾ, ਇਹ ਵੀ ਫੇਸਬੁੱਕ ਵਾਲੀ ਆ ਹਜੇ। ਮੈਂ ਮੋਟੀ ਜਿਹੀ ਗੱਲ ਹੀ ਕਹਿੰਦਾ, ਮੈਂ ਗੁੱਸਾ ਨਾ ਕਰ ਜੋ, ਮੈਨੂੰ ਇੱਥੇ ਪਿਛਲੀ ਵਾਰੀ ਵੀ ਢਾਲਿਆ ਸੀ ਲੋਕਾਂ ਨੇ, ਕਹਿੰਦੇ ਵੀ ਤੂੰ ਕਿ ਬਾਦਲਾਂ ਦਾ ਭੇਜਿਆ, ਤੂੰ ਫਲਾਨਾ ਭੇਜਿਆ, ਤੂੰ ਐਂ ਬੋਲਦਾ। ਮੈਂ ਇਲੈਕਸ਼ਨਾਂ ਤੋਂ 1.5 ਸਾਲ ਪਹਿਲਾਂ ਕਹਿ ਗਿਆ ਸੀ ਇਹ ਹਾਲਾਤ ਹੋਣਗੇ। ਅੱਜ ਮੈਨੂੰ ਸਾਰੇ ਜਿੰਨੇ ਮਿਲੇ ਆ ਨਾ ਪਿਛਲੇ ਮੇਰੇ 15-20 ਦਿਨਾਂ ਜਿਹੜਾ ਮੇਰਾ ਦੌਰਾ ਸੀਗਾ 15 ਦਿਨਾਂ, ਸਾਰੇ ਕਹਿੰਦੇ ਦਾਨੇ ਸਾਹਿਬ ਉਦੋਂ ਦਾ ਬੜਾ ਗੁੱਸਾ ਆਇਆ ਵੀ ਇਹਨੇ ਨਾ ਗੱਲ ਪੱਟ ਦਈਏ, ਪਰ ਕਹਿੰਦੇ ਵੀ ਨਹੀਂ, ਯੂ ਆਰ ਰਾਈਟ, ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗ ਗਿਆ। ਸੋ ਮੈਂ ਵੀ ਅੱਜ ਇਹੀ ਗੱਲ ਕਹਿੰਦਾ ਕਿ ਮੈਨੂੰ ਤਾਂ ਇਹੀ ਚੀਜ਼ ਲੱਗਦੀ ਹੈ, ਹੋ ਸਕਦਾ ਮੈਂ ਗਲਤ ਹਾਂ, ਇਹ ਮੇਰੀ ਹਜੇ ਆਬਜ਼ਰਵੇਸ਼ਨ ਹੈ, ਆਬਜ਼ਰਵੇਸ਼ਨ ਤਾਂ ਦੂਰੋਂ ਆਉਂਦੀ ਚੀਜ਼। ਕਹਿੰਦੇ ਅੱਗਾ ਟਰੱਕ ਦਾ, ਪਿੱਛਾ ਬੱਸ, ਨਾ ਅੱਗਾ ਬੱਸ ਦਾ, ਪਿੱਛਾ ਟਰੱਕ ਦਾ, ਰੋਕ ਡਰਾਈਵਰ ਗੱਡੀ ਵੇ, ਮੈਂ ਬੱਸ ਭੁਲੇਖੇ ਬਹਿ ਗਈ ਹਾਂ। ਜੀ ਭਾਈ ਜੀ, ਬੜੀ ਸੋਹਣੀ ਗੱਲਬਾਤ ਹੋਈ, ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ 'ਚ ਆਉਣ ਲਈ, ਹੋਪਫੁਲੀ ਇਸੇ ਤਰ੍ਹਾਂ ਮਿਲਦੇ ਰਹਾਂਗੇ। ਥੈਂਕ ਯੂ ਬਰਾੜ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਐਂਡ ਉਮੀਦ ਕਰਦਾ ਕਿ ਤੁਹਾਡਾ ਪ੍ਰੋਗਰਾਮ ਵੀ ਜਿਹੜਾ ਹੈਗਾ ਇਸੇ ਤਰ੍ਹਾਂ ਤੁਸੀਂ ਇਹਦਾ ਮਿਆਰ ਹੋਰ ਉੱਚਾ ਕਰੋ, ਐਂਡ ਰਿਸਰਚ ਕਰਕੇ ਕੰਟੈਂਟ ਨੂੰ ਲੈ ਕੇ। ਧੰਨਵਾਦ, ਬਹੁਤ ਬਹੁਤ ਥੈਂਕ ਯੂ। ਇਹ ਸਨ ਸਵਰਨ ਸਿੰਘ ਦਾਨੇਵਾਲੀਆ, ਇਸੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਨਵੇਂ ਮਹਿਮਾਨ ਨਾਲ ਇਸੇ ਤਰ੍ਹਾਂ ਮਿਲਦੇ ਰਹਾਂਗੇ, ਜੇ ਜਿਉਂਦੇ ਰਹੇ ਤਾਂ। ਅੱਲਾ ਬਿੱਲੀ।